ਭਾਅ ਜੀ ਵਾਹ ਭਾਅ ਜੀ, ਬਹੁਤ ਵਧੀਆ, ਮਜ਼ਾ ਆ ਗਿਆ। ਸੋ ਦੋਸਤੋ, ਮੈਂ ਜਿਹੜਾ ਅੱਜ ਖੜਾ ਹੈ ਇਹ ਗਿੱਲ ਸਿੰਘ ਟਰੱਕਿੰਗ ਅਤੇ ਨਾਲ ਦੀ ਨਾਲ ਟਾਈਗਰ ਡਰੈਸ ਟਰੱਕਿੰਗ ਦੀ ਗੱਲ ਕਰੀਏ, ਮੈਂ ਇਹਨਾਂ ਦੇ ਯਾਰਡ ਦੇ ਵਿੱਚ ਅੱਜ ਖੜਾ। ਨਾਲ ਮੇਰੇ ਨੇ ਹਰਸਿਮਰਨ ਸੰਗਰਾਮ ਸਿੰਘ ਜੀ, ਔਰ ਮੈਂ ਇਹਨਾਂ ਕੋਲ ਕਿਉਂ ਖੜਾ ਇਹਦੇ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ, ਅਤੇ ਨਾਲ ਦੀ ਨਾਲ ਜਿੰਨੇ ਵੀ ਟਰੱਕਿੰਗ ਨਾਲ ਸੰਬੰਧਿਤ ਦੋਸਤ ਮਿੱਤਰ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਵੀ। ਜੀ, ਅਸੀਂ ਜਸ ਪੰਜਾਬੀ ਵੱਲੋਂ ਇੱਕ ਉਪਰਾਲਾ ਕੀਤਾ, ਅੱਜ ਹੀ ਸ਼ੁਰੂ ਕੀਤਾ ਇਹਨਾਂ ਤੋਂ ਹੀ, ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰੀ ਦੀਆਂ, ਪੋਲੀਟੀਕਲ ਵੀ ਕਰੀ ਦੀਆਂ, ਕਲਾਕਾਰਾਂ ਦੀਆਂ ਵੀ ਕਰੀ ਦੀਆਂ, ਇੱਧਰ ਦੀਆਂ ਵੀ ਕਰੀ ਦੀਆਂ, ਉੱਧਰ ਦੀਆਂ ਵੀ ਕਰੀ ਦੀਆਂ, ਪਰ ਇੱਕੋ ਇੱਕ ਜਿਹੜੀ ਲਾਈਨ ਹੈ ਟਰੱਕਿੰਗ ਲਾਈਨ, ਉਹਦੇ ਬਾਰੇ ਕੋਈ ਬਹੁਤ ਘੱਟ ਗੱਲ ਕਰਦਾ। ਹਰ ਬੰਦਾ ਇਹਨੂੰ ਬਿਜ਼ਨਸ ਲੈਂਦਾ, ਬਿਜ਼ਨਸ ਹੈਗਾ, ਪੈਸੇ ਕਮਾਏ, ਠੀਕ ਹੈ ਜੀ, ਲਾਇਸੈਂਸ ਬਣਿਆ, ਪਹਿਲਾਂ ਕਾਰ ਦਾ ਨਾਲ ਨਾਲ ਟਰੱਕ ਦਾ ਬਣਾਇਆ, ਟਰੱਕ 'ਤੇ ਚੜ੍ਹ ਗਏ, ਪੈਸੇ ਕਮਾਏ, ਬਸ ਠੀਕ ਹੈ। ਪਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ, ਇਹਦੇ ਵਿੱਚ ਵੀ ਇੰਨੇ ਕੁ ਜ਼ਿਆਦਾ ਉਤਰਾਅ ਚੜ੍ਹਾਅ ਹੈਗੇ ਇਸ ਲਾਈਨ ਦੇ ਵਿੱਚ ਵੀ, ਜਿਹੜੇ ਕਿ ਸਾਡੇ ਪੰਜਾਬੀਆਂ ਨੂੰ ਨਹੀਂ ਪਤਾ। ਅਤੇ ਸਾਡੀ ਜਸ ਪੰਜਾਬੀ ਦੀ ਕੋਸ਼ਿਸ਼ ਇਹ ਰਹੇਗੀ ਕਿ ਟਰੱਕਿੰਗ ਬਿਜ਼ਨਸ ਦੇ ਨਾਲ ਸੰਬੰਧਿਤ ਹਰ ਚੀਜ਼ ਜਿਹੜੀ ਆ ਉਹ ਤੁਹਾਡੇ ਰੂਬਰੂ ਕਰੀਏ, ਹਰ ਚੀਜ਼ ਦੀਆਂ ਬਰੀਕੀਆਂ ਜਿਹੜੀਆਂ ਹੈਗੀਆਂ ਜਾਂ ਅੰਦਰਲੀਆਂ ਗੱਲਾਂ ਹੈਗੀਆਂ ਉਹ ਤੁਹਾਡੇ ਰੂਬਰੂ ਕਰੀਏ। ਸੋ ਅੱਜ ਸਾਡੀ ਸ਼ੁਰੂਆਤ ਹੋਈ ਹੈ, ਔਰ ਉਮੀਦ ਕਰਦੇ ਹਾਂ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅਤੇ ਪਿਆਰ ਦੇ ਨਾਲ ਅਸੀਂ ਇਹ ਪ੍ਰੋਗਰਾਮ ਨੂੰ ਬਹੁਤ ਲੰਬਾ ਸਮਾਂ ਚਲਾਵਾਂਗੇ। ਹਰ ਹਫ਼ਤੇ ਅਸੀਂ ਤੁਹਾਨੂੰ ਇਹ ਪ੍ਰੋਗਰਾਮ ਦਿਖਾਇਆ ਕਰਾਂਗੇ। ਅੱਜ ਦਾ ਪ੍ਰੋਗਰਾਮ ਸਾਡੀ ਸ਼ੁਰੂਆਤ ਜਿਹੜੀ ਹੈ ਉਹ ਗਿਲਸਨ ਟਰੱਕਿੰਗ ਅਤੇ ਨਾਲ ਨਾਲ ਟਾਈਗਰ ਟਰੈਂਸ ਟਰੱਕਿੰਗ ਰਿਪੇਅਰ ਦਾ ਕੰਮ ਵੀ ਇੱਥੇ ਹੈਗਾ, ਜਾਣੀ ਕਿ ਪਰੇਟਰਾਂ ਦਾ ਕੰਮ ਵੀ ਇੱਥੇ ਹੁੰਦਾ, ਟਰੱਕਾਂ ਦੀ ਰਜਿਸਟਰੇਸ਼ਨ ਦਾ ਕੰਮ ਵੀ ਇੱਥੇ ਹੁੰਦਾ। ਇੱਕ ਛੱਤ ਥੱਲੇ ਸਾਰਾ ਕੁਝ ਹੈਗਾ, ਕੀ ਇੱਥੇ ਹੈਗਾ, ਕਿਵੇਂ ਹੈਗਾ, ਕੀ ਸਮੱਸਿਆਵਾਂ ਨੇ, ਇਹ ਅੱਜ ਅਸੀਂ ਇੱਥੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹਰਸਿਮਰਨ ਸੰਗਰਾਮ ਸਿੰਘ ਜੀ ਨਾਲ। ਭਾਅ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਜਸ ਪੰਜਾਬੀ ਦੇ ਵਿਹੜੇ ਜੀ। ਆਪਾਂ ਦੇਖੋ, ਵੈਸੇ ਤਾਂ ਆਫ ਦੀ ਏਅਰ ਤਾਂ ਗੱਲਾਂ ਬਹੁਤ ਕੀਤੀਆਂ, ਪਤਾ ਇਹੋ ਜਿਹਾ ਬੜਾ ਕੁਛ ਦੱਸਿਆ ਤੁਸੀਂ ਟਰੱਕਾਂ ਬਾਰੇ। ਟਰੱਕਿੰਗ ਬਿਜ਼ਨਸ ਅੱਜ ਜਿੱਥੇ ਖੜ੍ਹਾ ਹੈ, ਪਹਿਲਾਂ ਅਸੀਂ ਇੱਥੋਂ ਸ਼ੁਰੂ ਕਰਕੇ ਪਿੱਛੇ ਜਾਵਾਂਗੇ। ਠੀਕ ਹੈ। ਅੱਜ ਕਹਿੰਦੇ ਵੀ 8-10 ਸਾਲ ਬਾਅਦ ਟਰੱਕਾਂ ਦੇ ਵਿੱਚ ਫਿਰ ਇੱਕ ਖੜੋਤ ਜੀ ਆਈ ਹੈ ਇਸ ਕੰਮ ਦੇ ਵਿੱਚ। ਹਾਂਜੀ। ਇਹ ਖੜੋਤ ਕੀ ਹੈ ਅਤੇ ਇਹਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ, ਜਿੰਨੇ ਵੀ ਪੰਜਾਬੀ ਟਰੱਕਿੰਗ ਨਾਲ ਰਿਲੇਟਡ ਨੇ, ਉਹਨਾਂ ਦਾ ਸਭ ਦਾ ਧੰਨਵਾਦ ਅਤੇ ਬਹੁਤ ਵੱਡਾ ਧੰਨਵਾਦ ਜਸ ਪੰਜਾਬੀ ਅਤੇ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਸ਼ੁਰੂ ਕਰਨ ਬਾਰੇ ਸੋਚਿਆ। ਸੋ ਆਪ ਵਧਾਈ ਦੇ ਪਾਤਰ ਹੋ ਸਾਰੀ ਟੀਮ, ਕਿਉਂਕਿ ਇਹ ਬੜੀ ਇੱਕ ਲੋੜ ਸੀਗੀ ਇਸ ਪ੍ਰੋਗਰਾਮ ਦੀ। ਸੋ ਜਿਹੜਾ ਕਰੰਟ ਸਿਚੁਏਸ਼ਨ ਆ ਟਰੈਕਿੰਗ ਦੀ, ਕਿਉਂਕਿ ਟਰੈਕਿੰਗ ਜਿਹੜੀ ਬਹੁਤ ਡਿਫਰੈਂਟ ਡਿਫਰੈਂਟ ਵੇਰੀਏਬਲਸ ਆ ਜਿਹੜੇ ਇਹਦੇ ਵਿੱਚ ਪਲੇ ਕਰਦੇ ਆ, ਵੈਦਰ ਆ, ਟਰੱਕਾਂ ਦੀ ਕਪੈਸਿਟੀ ਆ, ਉਹ ਤੋਂ ਬਾਅਦ ਤੁਹਾਡੇ ਦੇਸ਼ਾਂ ਦੇ ਨਾਲ ਆਪਸੀ ਜਿਹੜੇ ਤਾਲਮੇਲ ਆ, ਨੈਪਟਾ ਵਾ ਜਿਹੜਾ, ਇਹ ਸਾਰਾ ਕੁਝ ਲੈ ਕੇ ਇਹਨਾਂ ਨੂੰ ਜਦੋਂ ਕੋਈ ਵੀ ਉਤਰਾਅ ਚੜ੍ਹਾਉਂਦਾ, ਤੇਲ ਆ, ਡਰਾਈਵਰਸ ਦਾ ਇਸ਼ੂ ਆ। ਸੋ ਇਹ ਕਾਫੀ ਸਾਰੇ ਜਿਹੜੇ ਮੁੱਦੇ ਆ, ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਵੀ ਜਿਹੜਾ ਉੱਪਰ ਥੱਲੇ ਹੋ ਜਾਂਦਾ ਤਾਂ ਸਾਰੀ ਜਿਹੜੀ ਇੰਡਸਟਰੀ ਆ ਉਹ ਹਿੱਲ ਜਲ ਜਾਂਦੀ ਆ। ਸੋ ਰਾਈਟ ਨਾਓ ਕਰੰਟ ਸਿਚੁਏਸ਼ਨ ਆ ਜਿਹੜੀ ਟਰੈਕਿੰਗ ਦੀ, ਉਹਦੇ ਵਿੱਚ ਜਿਹੜੇ ਮੇਨ ਐਲੀਮੈਂਟ ਜਿਹੜੇ ਰੋਲ ਪਲੇ ਕਰ ਰਹੇ ਨੇ, ਉਹ ਇੱਕ ਤਾਂ ਓਵਰ ਕਪੈਸਿਟੀ ਆ, ਇਨਐਕਸਪੀਰੀਅੰਸਡ ਬਾਇੰਗ ਬਹੁਤ ਜ਼ਿਆਦਾ ਆ, ਅਨਪਲੈਨਡ ਬਾਇੰਗ ਬਹੁਤ ਜ਼ਿਆਦਾ ਆ, ਇੱਕ ਰੀਜ਼ਨ ਇਹਦਾ ਇਹ ਆ। ਦੂਸਰਾ ਜਿਹੜਾ ਵਾ ਉਹ ਇਹ ਆ ਕਿ ਪ੍ਰੋਡਿਊਸ ਜਿਹੜਾ ਕੈਲੀਫੋਰਨੀਆ, ਜਿੱਥੋਂ ਆਪਣੇ ਮੋਸਟਲੀ ਪੰਜਾਬੀ ਬੰਦੇ ਜਿਹਦੇ ਨਾਲ ਰਿਲੇਟਡ ਆ, ਉਹਦਾ ਕਲਾਈਮੇਟ ਥੋੜ੍ਹਾ ਜਿਹਾ, ਮੀਂਹ ਤੁਸੀਂ ਵੇਖਣਾ ਕੈਲੀਫੋਰਨੀਆ ਬਹੁਤ ਲੇਟ ਤੱਕ ਪਿਆ, ਸੋ ਪ੍ਰੋਡਿਊਸ ਦਾ ਸੀਜ਼ਨ ਜਿਹੜਾ ਉਹ ਸ਼ਰਿੰਕ ਹੋ ਗਿਆ ਬਹੁਤ, ਉਹਦਾ ਵੀ ਕਾਰਨ ਆ। ਸੋ ਜਦੋਂ ਇੱਕ ਕਪੈਸਿਟੀ ਵਧ ਗਈ, ਇੱਕ ਸ਼ਰਿੰਕ ਹੋ ਗਿਆ, ਸੋ ਡਬਲ ਮਾਰ ਪਈ ਸਾਨੂੰ ਇਹਦੀ ਜੀ। ਹਾਂਜੀ। ਅੱਛਾ, ਜਿਹੜੀ ਗੱਲ ਕਰਦੇ ਹਾਂ ਆਪਾਂ ਨਾਲੋ ਨਾਲ ਨਾਲ ਚੱਲਦੇ ਚੱਲਦੇ ਗੱਲ ਕਰਦੇ ਹਾਂ ਕਿ ਤੁਸੀਂ ਕਿਹਾ ਵੀ ਮਾਰ ਪਈ ਹੈ, ਮੀਂਹ ਲੇਟ ਪਏ ਨੇ, ਲੇਟ ਤੱਕ ਹੋਏ ਨੇ, ਪਰ ਇਹ ਹਰ ਸਾਲ ਹੀ ਇੱਦਾਂ ਹੁੰਦਾ, ਪਰ ਇਹ ਜਿਹੜੀ ਅੱਜ ਹਾਲਾਤ ਨੇ ਇਹ ਤਾਂ ਦੱਸਦੇ ਨੇ ਵੀ 8-10 ਸਾਲ ਬਾਅਦ ਆਏ ਨੇ। ਹਾਂਜੀ, ਜਿਹੜੇ ਐਰਕੀ ਕੈਲੀਫੋਰਨੀਆ ਦੇ ਵਿੱਚ ਮੀਂਹ ਪਏ ਆ ਨਾ, ਇਹ ਪਿਛਲੇ ਟਾਈਮਾਂ ਨਾਲੋਂ ਜ਼ਿਆਦਾ ਲੰਮਾ ਟਾਈਮ ਪਿਆ ਆ। ਐਰਕੀ ਤਕਰੀਬਨ ਮਈ ਤੱਕ ਜਿਹੜੇ ਆ ਮੀਂਹ ਬੰਦ ਨਹੀਂ ਹੋਏ, ਅਤੇ ਜੋ ਟਮਾਟਰ ਦੀ ਫਸਲ ਸੀਗੀ, ਵਾਟਰਮੈਲਨ ਸੀਗੇ, ਸਾਰੇ ਲੇਟ ਹੋ ਗਏ, ਸਟ੍ਰੋਬੇਰੀ ਖਰਾਬ ਹੋ ਗਈ, ਚੈਰੀਆਂ ਤਕਰੀਬਨ ਖਰਾਬ ਹੋ ਗਈਆਂ ਸਾਰੀਆਂ, ਮੀਂਹ ਦੇ ਉੱਤੇ ਜਦੋਂ ਚੈਰੀ ਦੇ ਕੋਈ ਪਾਣੀ ਪੈਂਦਾ ਖਰਾਬ ਹੋ ਜਾਂਦੀ। ਸੋ ਇਹਦਾ ਨੁਕਸਾਨ ਹੋਇਆ। ਦੂਸਰੀ ਗੱਲ ਆ, ਕੋਈ ਵੀ ਬਿਜ਼ਨਸ ਆ ਨਾ ਜਿਹੜਾ, ਉਹ ਇੱਕ ਪ੍ਰਿਓਡਿਕ ਆ, ਖਾਸ ਕਰਕੇ ਟਰੈਕਿੰਗ ਬਹੁਤ ਪ੍ਰਿਓਡਿਕ ਆ, ਇਹ ਹੈਗੀ ਆ ਪਿਓਰਲੀ ਕੰਪੀਟੀਟਿਵ ਮਾਰਕੀਟ। ਅੱਜ ਤੁਸੀਂ ਟਰੈਕਿੰਗ ਇੰਡਸਟਰੀ ਦੇ ਵਿੱਚ ਐਂਟਰ ਹੋਣਾ ਨਾ, ਕੁਝ ਬਹੁਤਾ ਨਹੀਂ ਲੱਗਦਾ। ਇੱਕ ਤੁਸੀਂ ਲਾਇਸੈਂਸ ਲੈਣਾ ਵਾ, ਇੱਕ ਬੰਦਾ ਜਿਹੜਾ ਪਤਾ ਤੁਹਾਨੂੰ ਟਰੱਕ ਵੇਚਦਾ, ਜਿਹਨੇ ਤੁਹਾਡਾ ਲੋਨ ਕਰਾ ਦੇਣਾ, 15-20 ਹਜ਼ਾਰ ਡਾਲਰ ਦੇ ਕੇ ਤੁਸੀਂ ਤਕਰੀਬਨ 10-15 ਹਜ਼ਾਰ ਡਾਲਰ ਕਮਾਉਣ ਦੇ ਸਮਰੱਥ ਹੋ ਜਾਂਦੇ ਆ। ਸੋ ਐਂਟਰੀ ਬੜੀ ਈਜ਼ੀ ਆ, ਅਤੇ ਜਦੋਂ ਕੋਈ ਨਹੀਂ ਚੱਲਦਾ ਉਦੋਂ ਐਗਜ਼ਿਟ ਵੀ ਬੜਾ ਈਜ਼ੀ ਆ। ਸੋ ਇਹਦੀ ਜਿਹੜੀ ਪ੍ਰਿਓਰਟੀ ਆ ਜਿਹੜੀ ਇੰਡਸਟਰੀ ਆ, ਐਗਜ਼ਿਟ ਇਹ ਆ ਕਿ ਤੁਸੀਂ 15 ਹਜ਼ਾਰ ਡਾਲਰ ਟਰੱਕ ਡਾਊਨ ਦਿੱਤਾ, ਤੁਹਾਨੂੰ ਲੱਗਿਆ ਕਿ 2 ਸਾਲ ਤੁਸੀਂ ਕੰਮ ਕੀਤੇ ਆ, ਪੈਸੇ ਤੁਸੀਂ ਬਣਾ ਲਿਆ, ਤੁਸੀਂ ਕਿਸੇ ਨਾ ਕਿਸੇ ਨੂੰ ਟੱਕ ਟਕਾ ਕੇ ਤੁਸੀਂ ਆਪਣਾ ਬਾਹਰ ਨਿਕਲ ਜਾਣਾ ਉਹਦੇ ਵਿੱਚੋਂ। ਸੋ ਐਗਜ਼ਿਟ ਵੀ ਸੌਖਾ ਵਾ ਜੇ ਐਂਟਰੀ ਸੌਖੀ ਆ। ਹਾਂਜੀ।
ਤੇ ਇਹ ਚਲੋ ਤੁਸੀਂ ਨਾਲ ਹੋਰ ਗੱਲ ਕਰ ਰਹੇ ਸੀ ਇਹਦੀ ਜੁੜੀ ਹੋਈ ਇਹਦਾ ਕੋਈ ਹਾਂਜੀ ਇਹਦੇ ਨਾਲ ਸੰਬੰਧਿਤ ਇਹਦੇ ਨਾਲ ਮੈਂ ਸੰਬੰਧਿਤ ਇਹ ਗੱਲ ਕਰਨਾ ਚਾਹੁੰਦਾ ਕਿ ਬਿਜ਼ਨਸ ਜਿਹੜਾ ਵਾ ਇਹ ਬਹੁਤ ਵਧੀਆ ਬਿਜ਼ਨਸ ਆ ਪਰ ਇਹ ਬਿਜ਼ਨਸ ਹੈਗਾ ਨੌਲੇਜ ਦਾ ਇਹਨੂੰ ਜੇ ਆਪਾਂ ਕਹੀਏ ਨਾ ਕਿ ਕਿਸੇ ਦੀ ਸੁਣੀ ਸੁਣਾਈ ਗੱਲ ਦੇ ਉੱਤੇ ਕਿ ਮੈਂ ਭਾਈ ਫਲਾਨੇ ਕੋਲ ਲੋਡ ਲੈ ਕੇ ਚੁੱਕ ਲਿਆ ਆਪਣੇ ਬੰਦਿਆਂ ਦੀ ਜਿਹੜੀ ਅਨਪਲੈਨਡ ਬਾਇੰਗ ਸੀਗੀ ਇਹਨੇ ਬੜਾ ਜਿਹੜਾ ਵਾ ਇੱਕ ਸਿਗਨੀਫੀਕੈਂਟ ਰੋਲ ਪਲੇ ਕੀਤਾ ਇਸ ਡਾਊਨ ਟਰਨ ਦੇ ਵਿੱਚ ਉਹ ਇਹ ਆ ਕਿ ਤੁਹਾਨੂੰ ਜਦੋਂ ਕੋਈ ਵੀ ਕਹਿ ਦਿੰਦਾ ਕਿ ਹਾਂ ਜੀ ਉਹ ਬ੍ਰੋਕਰ ਦੀ ਕਾਲ ਆ ਗਈ ਜੀ ਯਾਰ ਕੀ ਅਤੇ ਉਹ ਪੈਸੇ ਬੜੇ ਵੱਧ ਗਏ ਆ ਉਹ ਕਹਿੰਦੇ ਵੀ ਓਕੇ ਦੋ ਟਰੱਕ ਨਵੇਂ ਐਡ ਕਰ ਲਓ ਅੱਛਾ ਭਾਜੀ ਜਿਵੇਂ ਆਪਾਂ ਦੇਖਦੇ ਹਾਂ ਤਕਰੀਬਨ ਮੈਂ ਨਿਊਯਾਰਕ ਤੋਂ ਇੱਧਰ ਆਇਆ ਅਤੇ ਬੰਦੇ ਦੇ ਜਦੋਂ ਪਹਿਲਾਂ ਪੇਪਰ ਬਣਦੇ ਆ ਸਭ ਤੋਂ ਪਹਿਲਾਂ ਉਹ ਲਾਇਸੈਂਸ ਬਣਾਉ ਟੈਕਸੀ ਦਾ ਰਾਈਟ ਟੈਕਸੀ 'ਚ ਮਾੜਾ ਸੈੱਟ ਹੁੰਦਾ ਫਿਰ ਪੈਂਦੇ ਆ ਹੀ ਟਰੱਕ ਦਾ ਲਾਇਸੈਂਸ ਲੈਂਦਾ ਅਤੇ ਉਦੋਂ ਬਾਅਦ ਟਰੱਕ 'ਤੇ ਚੜ੍ਹ ਜਾਂਦੇ ਅਤੇ ਪੈਸੇ ਕਮਾਉਂਦੇ ਨੇ ਬਿਲਕੁਲ ਹਰ ਬੰਦੇ ਨੂੰ ਦੇਖਣ ਨੂੰ ਇਹ ਲੱਗਦਾ ਵੀ ਇਹ ਬੰਦੇ ਨੇ ਟਰੱਕ ਚਲਾਇਆ ਅਤੇ ਪਿੰਡ ਵੀ ਕੋਠੀ ਤਕੜੀ ਪਾ ਲਈ ਹੈ ਇੱਥੇ ਵੀ ਚਾਰ ਨਾਲ ਹੋਰ ਬਿਜ਼ਨਸ ਕਰ ਲਏ ਨੇ ਸਟੋਰ ਖੋਲ੍ਹ ਲੈਣੇ ਗੈਸ ਸਟੇਸ਼ਨ ਖੋਲ੍ਹ ਲੈਣੇ ਵੀ ਟਰੱਕਾਂ ਦੇ ਬਿਜ਼ਨਸ ਦੇ ਵਿੱਚ ਪਤਾ ਨਹੀਂ ਕੀ ਹੈ ਕਿੱਥੋਂ ਪੈਸਾ ਆਉਂਦਾ ਪਹਿਲਾ ਸਵਾਲ ਤਾਂ ਇਹ ਵਾਕਿਆ ਪੈਸਾ ਆਉਂਦਾ ਅਤੇ ਦੂਜਾ ਸਵਾਲ ਇਹ ਹੈ ਇਹਦੇ 'ਚ ਔਖਿਆਈਆਂ ਵੀ ਬਹੁਤ ਹੋਣਗੀਆਂ ਤੁਸੀਂ ਔਖਿਆਈਆਂ ਪੈਸਾ ਸਭ ਨੂੰ ਦਿਸ ਜਾਂਦਾ ਔਖਿਆਈ ਨਹੀਂ ਦਿਸਦੀ ਬੰਦੇ ਨੂੰ ਬਿਲਕੁਲ ਜੀ ਇਹ ਕਿਉਂਕਿ ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਘਾਹ ਵਾ ਦੂਜੇ ਦੇ ਲਾਉਣ ਦੇ ਵਿੱਚ ਜ਼ਿਆਦਾ ਗ੍ਰੀਨ ਲੱਗਦਾ ਵਾ ਇਹ ਬਿਲਕੁਲ ਸਹੀ ਗੱਲ ਆ ਟਰੈਕਿੰਗ ਦੇ ਵਿੱਚ ਵੀ ਇਹ ਸਹੀ ਗੱਲ ਆ ਟਰੈਕਿੰਗ ਇਵੇਂ ਤਾਂ ਬਿਜ਼ਨਸ ਆ ਇਹਦੇ ਵਿੱਚ ਕੈਸ਼ ਬਹੁਤ ਇਨਵੋਲਵ ਰਹਿੰਦਾ ਜਿਹੜੀ ਕੈਸ਼ ਫਲੋ ਆ ਅਤੇ ਕਈ ਵਾਰੀ ਜੇ ਇਹਦੇ ਵਿੱਚੋਂ ਤੁਹਾਡੇ ਮਤਲਬ 15-20 ਟਰੱਕ ਚੱਲਦੇ ਆ ਲੱਖ ਡਾਲਰ ਕੱਢਣਾ ਉਹਦਾ ਵੀ ਨਹੀਂ ਪਤਾ ਲੱਗਦਾ ਅਤੇ ਪੈਂਦੇ ਦਾ ਵੀ ਨਹੀਂ ਪਤਾ ਲੱਗਦਾ ਸੋ ਜਿਹੜੇ ਤਾਂ ਬੰਦੇ ਉਹਨੂੰ ਆਪਣਾ ਇਹ ਪਤਾ ਵਾ ਵੀ ਮੈਂ ਕਿੱਥੇ ਆ ਕੇ ਮੈਂ ਪੈਸੇ ਮੇਕ ਕਰਦਾ ਅਤੇ ਕਿੱਥੇ ਲੂਜ਼ ਕਰਦਾ ਵਾਂ ਜੇ ਤਾਂ ਤੁਹਾਡਾ ਉਹਨਾਂ ਨੂੰ ਬ੍ਰੇਕ ਈਵਨ ਪੁਆਇੰਟ ਪਤਾ ਵਾ ਅਤੇ ਮੋਸਟਲੀ ਟਰੈਕਿੰਗ ਕੰਪਨੀਆਂ ਸਕਸੈਸਫੁਲ ਆ ਅਤੇ ਜੇ ਨਹੀਂ ਪਤਾ ਉਦੋਂ ਫਿਰ ਜਿਹੜੀ ਆ ਪ੍ਰੋਬਲਮ ਆਉਂਦੀ ਆ ਜਦੋਂ ਆਪਾਂ ਨੂੰ ਇਹੋ ਹੀ ਨਹੀਂ ਪਤਾ ਵੀ ਅਸੀਂ ਬਣਾਉਣਾ ਕੀ ਆ ਅਤੇ ਖਰਚਣਾ ਕੀ ਆ ਜੀ ਮਤਲਬ ਸਾਡੇ ਜਿਹੜੇ ਐਕਸਪੀਰੀਅੰਸ ਆ ਉਹ ਕਿਤੇ ਇੱਦਾਂ ਹੀ ਨਹੀਂ ਆਏ ਵੀ ਅਸੀਂ ਹਮੇਸ਼ਾ ਤੋਂ ਬੜੇ ਕਾਮਯਾਬ ਸੀਗੇ ਇਹ ਹੌਲੀ ਹੌਲੀ ਇੱਕ ਚੀਜ਼ ਅਸੀਂ ਵੀ ਆਪਣੇ ਜਿਹੜੇ ਠੀਕ ਠਾਕ ਫੇਅਰ ਸ਼ੇਅਰ ਆਫ ਜਿਹੜਾ ਲੋਸਿਸ ਆ ਅਸੀਂ ਵੀ ਵੇਖ ਕੇ ਗਏ ਹਾਂ ਮੰਦ ਹਾਲੀ 'ਚੋਂ ਵੀ ਨੰਗੇ ਹਾਂ ਸਾਰੇ ਕੁਛ ਦੇ ਵਿੱਚੋਂ ਪਰ ਇਹ ਆ ਕਿ ਇਹਨਾਂ ਤੋਂ ਸਿੱਖਿਆ ਬਹੁਤ ਕੁਛ ਮੈਂ ਪਹਿਲਾਂ ਟਰੈਕਿੰਗ ਕਰਦਾ ਸੀ ਫਿਰ ਮੈਂ ਡਿਗਰੀ ਕੀਤੀ ਜਾ ਕੇ ਫਿਰ ਦੁਬਾਰਾ ਟਰੈਕਿੰਗ ਕੀਤੀ ਬੜਾ ਜ਼ਮੀਨ ਅਸਮਾਨ ਦਾ ਫਰਕ ਸੀਗਾ ਇਹਨੂੰ ਕੋਈ ਇਹ ਨਾ ਸਮਝੇ ਕਿ ਇਹ ਅਨਪੜ੍ਹਾਂ ਦੀ ਕੋਈ ਬਿਜ਼ਨਸ ਆ ਇੱਦਾਂ ਤਾਂ ਬਿਲਕੁਲ ਨਹੀਂ ਆ ਇਹ ਇੱਕ ਪੂਰਾ ਫੁੱਲ ਫਲੈਜ ਤੁਸੀਂ ਵੇਖਿਆ ਆਪਣੇ ਜਿਹੜੇ ਪੰਜਾਬੀ ਮੁੰਡੇ ਅੱਜ ਕੱਲ੍ਹ ਜਿਹੜੇ ਕਰਦੇ ਆ ਜਿਹੜੇ ਪੂਰੇ ਪ੍ਰੋਫੈਸ਼ਨਲ ਚੱਲਦੇ ਆ ਬੜੇ ਸਕਸੈਸਫੁਲ ਨੇ ਸਾਰੇ ਕਾਮਯਾਬ ਹਾਂ ਸਾਰੇ ਉਹ ਲਾਅ ਨੂੰ ਫੋਲੋ ਕਰਦੇ ਆ ਸਾਰੇ ਤਰੀਕੇ ਨਾਲ ਸਾਰਾ ਪ੍ਰੋਪਰ ਕਰੋਗੇ ਤਾਂ ਬਹੁਤ ਵਧੀਆ ਬਿਜ਼ਨਸ ਆ ਚਲੋ ਅੱਜ ਦੀ ਅਸੀਂ ਇੱਕ ਵਾਰੀ ਫਿਰ ਗੱਲ ਕਰਕੇ ਫਿਰ ਤੁਹਾਡੇ ਆਪਾਂ ਪਿਛੋਕੜ ਬਾਰੇ ਵੀ ਜ਼ਰੂਰ ਜਾਣਾਂਗੇ ਕਿ ਅੱਜ ਕਿਹੜਾ ਕਿਹੜਾ ਟਰੈਕਿੰਗ ਬਿਜ਼ਨਸ ਜਿਹੜਾ ਹੈਗਾ ਉਹ ਜ਼ਿਆਦਾ ਪ੍ਰਭਾਵਿਤ ਹੋਇਆ ਜਿਹਨਾਂ ਕੋਲ ਬਹੁਤ ਜ਼ਿਆਦਾ ਟਰੱਕ ਹੈ ਜਿਹਨਾਂ ਕੋਲ ਘੱਟ ਟਰੱਕ ਹੈ ਜਾਂ ਜਿਹਨਾਂ ਕੋਲ 2-4 ਟਰੱਕ ਨੇ ਮੇਰੇ ਪਰਸਨਲ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਜਿਹਨਾਂ ਕੋਲ 2 ਤੋਂ ਲੈ ਕੇ 10-15 ਕੁ ਟਰੱਕ ਸੀਗੇ ਜਿਹਨਾਂ ਕੋਲ ਆਪਣਾ ਕਸਟਮਰ ਦਾ ਡਾਇਰੈਕਟ ਫਰੇਟ ਨਹੀਂ ਸੀਗਾ ਉਹ ਇੰਪੈਕਟ ਹੋਏ ਜਾ ਰਹੇ ਕਿਉਂਕਿ ਜਦੋਂ ਮੰਦਹਾਲੀ ਆਉਣੀ ਆ ਬ੍ਰੋਕਰ ਨੇ ਸਸਤਾ ਕੈਰੀਅਰ ਲੱਭਣਾ ਅਤੇ ਜਦੋਂ ਤੁਹਾਨੂੰ ਸਸਤੇ ਤੋਂ ਸਸਤੇ ਕਰੀ ਜਾਂਦੇ ਆ ਉਦੋਂ ਤੁਹਾਡੀ ਪ੍ਰੋਫਿਟੇਬਿਲਿਟੀ ਨਾਲ ਦੀ ਨਾਲ ਸਕੁਈਜ਼ ਹੋਈ ਜਾਂਦੀ ਆ ਸੋ ਉਹ ਜਿਹੜਾ ਛੋਟਾ ਕੈਰੀਅਰ ਸੀਗਾ ਉਹਦੇ ਉੱਤੇ ਬਹੁਤ ਫਰਕ ਪਿਆ ਪਰ ਜਿਹੜੇ ਵੱਡੇ ਕੈਰੀਅਰ ਆ ਜਿਹਨਾਂ ਕੋਲ ਕੰਟਰੈਕਟ ਬੇਸ ਵਰਕ ਆ ਉਹ ਦੇ ਆਰ ਡੂਇੰਗ ਵੈਲ ਉਹਨਾਂ ਨੂੰ ਠੀਕ ਠਾਕ ਆ ਉਹਨਾਂ ਨੂੰ ਅੱਜ ਡਰਾਈਵਰਾਂ ਦੀ ਵੀ ਲੋੜ ਆ ਟਰੱਕ ਵੀ ਬਾਏ ਕਰਨ ਡਿਆ ਸਾਰਾ ਕੁਝ ਨੋਰਮਲ ਚੱਲ ਰਿਹਾ ਅੱਛਾ ਅਗਰ ਆਪਾਂ ਗੱਲ ਕਰੀਏ ਤੇ ਤੁਸੀਂ ਇੱਧਰ ਸਾਰਾ ਕੰਮ ਤੁਹਾਡਾ ਇੱਥੇ ਹੈਗਾ ਰਿਪੇਅਰ ਦਾ ਵੀ ਹੈਗਾ ਨੰਬਰ ਪਲੇਟਾਂ ਦਾ ਵੀ ਹੈਗਾ ਸਾਰਾ ਹੈਗਾ ਇਸ ਜਗ੍ਹਾ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਂ ਪਹਿਲਾਂ ਕਿਤੇ ਹੋਰ ਸੀਗੇ ਇੱਥੇ ਸਾਨੂੰ 1.5 ਸਾਲ ਹੋ ਗਿਆ ਜੀ ਮੂਵ ਹੋਇਆ ਇੱਥੋਂ ਆਪਣਾ ਗਿਲਸਨ ਓਪਰੇਟ ਕਰਦੀ ਆ ਟਾਈਗਰ ਟ੍ਰੈਂਸ ਆਪਣੀ ਕੰਪਨੀ ਆ ਪ੍ਰੀਮੀਅਮ ਟਰੱਕ ਐਂਡ ਟ੍ਰੇਲਰ ਜਿਹੜੀ ਸਾਡੀ ਰਿਪੇਅਰ ਸ਼ੋਪ ਆ ਇੱਥੇ ਅਸੀਂ ਆਪਣਾ ਵੀ ਕੰਮ ਕਰਦੇ ਬਾਹਰੋਂ ਵੀ ਕਰਦੇ ਹਾਂ ਅਤੇ ਗਲੋਬਲ ਮਲਟੀ ਸਰਵਿਸ ਆ ਇੱਥੇ ਤਕਰੀਬਨ ਜਿਹੜੇ ਕੈਲੀਫੋਰਨੀਆ ਦੇ ਟਰੈਕਿੰਗ ਕੰਪਨੀਆਂ ਤਕਰੀਬਨ ਜਾਣਦੀਆਂ ਕਿ ਉਹਨਾਂ ਦੀਆਂ ਕਾਰਪੋਰੇਸ਼ਨ ਵੀ ਇੱਥੇ ਫਾਈਲ ਹੁੰਦੀ ਆ ਪਲੇਟਾਂ ਤੋਂ ਲੈ ਕੇ ਸਾਰਾ ਕੰਮ ਜਿਹੜਾ ਉਹ ਇੱਥੇ ਹੁੰਦਾ ਜੀ 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 ਅੱਛਾ ਅਗਰ ਗੱਲ ਕਰੀਏ ਕਿੱਥੋਂ ਆਪਣੀ ਬੈਕਗ੍ਰਾਉਂਡ ਪੁਰਾਣਾ ਪਿੰਡ ਕਿਹੜਾ ਕਿੱਥੇ ਬਚਪਨ 'ਚ ਸ਼ਰਾਰਤਾਂ ਕੀਤੀਆਂ ਹਾਂਜੀ ਮੇਰਾ ਜੀ ਪਿੱਛੋਂ ਅੰਮ੍ਰਿਤਸਰ ਜ਼ਿਲ੍ਹਾ ਵਾ ਹੁਣ ਸਾਡਾ ਪਿੰਡ ਉੱਥੇ ਸ਼ਫੀਪੁਰ ਆ ਮੈਂ ਜੰਮਿਆ ਪਲਿਆ ਤਰਨ ਤਾਰਨ ਅੰਮ੍ਰਿਤਸਰ ਪੜ੍ਹਿਆ ਜੀ ਚੀਫ ਖਾਲਸਾ ਦੀਵਾਨ ਇੱਥੇ ਆ ਕੇ ਮੈਂ ਜਿਹੜੀ ਡਿਗਰੀ ਮਾਸਟਰਸ ਅੰਡਰਗ੍ਰੈਡ ਕੀਤੀ ਆ ਯੂ ਸੀ ਮਰਸੈਡ ਤੋਂ ਇਕਨੋਮਿਕਸ ਅਤੇ ਮੈਥ ਦੇ ਵਿੱਚ ਮਾਸਟਰ ਵਾਸਤੇ ਮੈਂ ਜਿਹੜਾ USF ਗਿਆ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਹਾਂਜੀ ਅਤੇ ਅੱਛਾ ਇੱਕ ਬੜਾ ਅਹਿਮ ਸਵਾਲ ਆ ਅਸੀਂ ਆਮ ਤੌਰ 'ਤੇ ਇਸ ਬਿਜ਼ਨਸ ਨੂੰ ਇਹ ਸਮਝਦੇ ਕਿ ਬੰਦਿਆਂ ਦਾ ਕੰਮ ਖਾਸ ਤੌਰ 'ਤੇ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਬੰਦੇ ਹੀ ਇਹ ਕੰਮ ਕਰਦੇ ਨੇ ਟਰੱਕ ਬੰਦੇ ਹੀ ਚਲਾਉਂਦੇ ਨੇ ਜਿਹੜਾ ਆਫਿਸ ਦੇ ਵਿੱਚ ਆ ਉਹ ਵੀ ਤਕਰੀਬਨ ਬੰਦੇ ਹੈਗੇ ਨੇ ਮੇਲ ਹੈਗੇ ਨੇ ਪਰ ਇੱਧਰਲੇ ਮੁਲਕਾਂ ਦੇ ਵਿੱਚ ਦੇਖਿਆ ਇੱਕ ਤਾਂ ਟੀਮ ਡਰਾਈਵਰ ਹਸਬੈਂਡ ਵਾਈਫ ਵੀ ਚੱਲ ਜਾਂਦੇ ਆ ਅਤੇ ਤੁਹਾਡਾ ਕੀ ਸਮਝਦੇ ਹੋ ਇਹਦੇ ਵਿੱਚ ਲੇਡੀਜ਼ ਦਾ ਕਿੰਨਾ ਕੁ ਯੋਗਦਾਨ ਹੈਗਾ ਟਰੱਕਿੰਗ ਬਿਜ਼ਨਸ ਦੇ ਵਿੱਚ ਸਾਡੇ ਪਰਸਨਲ ਐਕਸਪੀਰੀਅੰਸ ਤੋਂ ਐਵੇਂ ਆ ਕਿ ਜਿਹੜਾ ਸਾਡਾ ਜਿੰਨਾ ਵੀ ਫਾਈਨੈਂਸ ਆ
ਸਾਡੀਆਂ ਕੰਪਨੀਆਂ ਦਾ ਉਹ ਤਕਰੀਬਨ ਮੇਰੀ ਵਾਈਫ ਆ, ਬਿਕਰਮ ਭਾਈ ਦੇ ਵਾਈਫ ਵੀ ਹੁਣ ਆ ਗਏ ਆ, ਮਨੀਤ ਭਾਜੀ ਉਹਨਾਂ ਦੇ ਵਾਈਫ ਵੀ ਨਾਲ ਕੰਮ ਕਰਦੇ ਆ। ਸੋ ਸਾਡਾ ਜਿਹੜਾ ਫਾਈਨੈਂਸ ਆ ਉਹ ਸਾਰਾ ਬੀਬੀਆਂ ਹੀ ਵੇਖਦੀਆਂ ਜੀ। ਹਾਂਜੀ, ਇੱਥੇ ਸਰ ਉਹ ਜਿਹੜਾ ਟੀਮ ਡਰਾਈਵਰ ਨਹੀਂ, ਹਾਂ ਪੈਸੇ ਦਾ ਲੈਣ ਦੇਣ ਉਹਨਾਂ ਦਾ ਵਾ, ਉਹ ਜਿਹੜੀ ਲੜਾਈ ਲੜੂਈ ਆ ਸਾਡੀ ਇੱਥੇ ਹੀ ਖਤਮ ਕਰ ਲਈ ਦੀ, ਘਰੇ ਜਾ ਕੇ ਠੀਕ ਠਾਕ ਰਹਿੰਦਾ ਬਹੁਤ ਵਧੀਆ। ਟੀਮ ਡਰਾਈਵਰ ਜੇ ਵਾਈਫ ਨਾਲ ਹਸਬੈਂਡ ਵਾਈਫ ਹੈ ਤਾਂ ਰਾਹ 'ਚ ਮਤਲਬ ਲੜ ਲੁੜ ਕੇ ਕੰਮ ਜਿਹੜਾ ਠੀਕ ਆ, ਘੰਟਾ ਅੱਧਾ ਘੰਟਾ 'ਤੇ ਕੰਮ ਨਿਬੜ ਜਾਂਦਾ। ਠੀਕ ਹੈ ਜੀ, ਚਲੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਨੇ ਜਾਂ ਟਰੱਕਾਂ ਨਾਲ ਸੰਬੰਧਿਤ, ਕੋਈ ਵੀ ਤਕਰੀਬਨ ਸਾਰੇ ਹੀ ਟਰੱਕਾਂ ਨਾਲ ਸੰਬੰਧਿਤ ਹੈਗੇ, ਚਾਹੇ ਕਿਸੇ ਦਾ ਪਰਿਵਾਰ ਆ ਉਹ ਵੀ ਉਹ 'ਤੇ ਡਿਪੈਂਡੈਂਟ ਹੈਗਾ, ਕੀ ਕਹਿਣਾ ਚਾਹੁੰਦੇ, ਕੀ ਸੁਨੇਹਾ ਦੇਣਾ ਚਾਹੁੰਦੇ ਵੀ ਇਸ ਬਿਜ਼ਨਸ ਵਿੱਚ ਆਉਣ ਵਾਸਤੇ ਜਾਂ ਇਸ ਬਿਜ਼ਨਸ ਦੇ ਵਿੱਚ ਰਹਿ ਕੇ ਕਿੰਨਾ ਗੱਲਾਂ ਧਿਆਨ ਰੱਖਣਾ ਚਾਹੀਦਾ? ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਸੁਣੀ ਸੁਣਾਈ ਗੱਲ 'ਤੇ ਯਕੀਨ ਨਾ ਕਰੋ। ਆਪਣਾ ਜੇ ਟਰੈਕਿੰਗ ਦੇ ਵਿੱਚ ਆਉਣਾ ਵਾ, ਪਹਿਲਾਂ ਟਰੱਕ ਚਲਾਓ, ਘੱਟ ਤੋਂ ਘੱਟ ਮੈਂ ਕਹਿੰਦਾ ਕਿ 2 ਸਾਲ ਟਰੱਕ ਚਲਾ ਕੇ ਫਿਰ ਟਰੱਕ ਲਓ ਆਪਣਾ, ਲੈ ਕੇ ਫਿਰ ਜਿਹੜੀ ਕੰਪਨੀ ਆ ਉਹ ਆਪਣੀ ਜ਼ਰੂਰ ਖੋਲ੍ਹੋ ਅਤੇ ਉਸ ਕੰਪਨੀ ਨਾਲ ਕੰਮ ਕਰੋ ਜਿਹੜੀ ਤੁਹਾਡੀ ਮਿਹਨਤ ਆ ਮੁੱਲ ਦਿੰਦੀ ਆ, ਟਾਈਮ ਸਿਰ ਤੁਹਾਨੂੰ ਪੈਸੇ ਮਿਲਦੇ ਆ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਜ਼ਰੂਰ ਇਹਦੇ ਵਿੱਚ ਕਾਹਲੇ ਨਾ ਪਾਓ, ਕਿਉਂਕਿ ਇਹ ਪੰਡ ਨਹੀਂ ਪੈਣੀ। ਬਹੁਤ ਸਾਰੇ ਲੱਗਦਾ ਕਿ ਮੈਂ ਤਾਂ ਵਾਧਾ ਮੈਨੂੰ ਟਰੱਕ 'ਤੇ ਚਾੜ ਦਿਉ, ਕਾਹਲੀ ਨਾ ਕਰੋ, ਕਿਉਂਕਿ ਜਿੰਨੀ ਕਾਹਲੀ ਕਰਦੇ ਨੁਕਸਾਨ ਜ਼ਿਆਦਾ ਹੁੰਦਾ। ਸੋ ਮੇਰੀ ਇਹੋ ਹੀ ਬੇਨਤੀ ਹੈ ਕਿ ਇਹਨੂੰ ਸਮਝੋ, ਬਿਜ਼ਨਸ ਨੂੰ ਹੌਲੀ ਹੌਲੀ ਸਟੈਪ ਬਾਏ ਸਟੈਪ ਇਹਨੂੰ ਜਿਹੜਾ ਅੱਗੇ ਜਾਓ ਜੀ। ਬਿਲਕੁਲ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਬੜੀਆਂ ਵਧੀਆ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਮੈਨੂੰ ਵੀ ਬੜੀ ਜਾਣਕਾਰੀ ਮਿਲੀ ਆ। ਹੋਰ ਵੀ ਸਮੇਂ ਸਮੇਂ 'ਤੇ ਜਿਹੜੀ ਟਰੱਕਿੰਗ ਬਿਜ਼ਨਸ ਦੇ ਨਾਲ ਸੰਬੰਧਿਤ ਜਾਣਕਾਰੀ ਆ ਉਹਦੇ ਵਾਸਤੇ ਤੁਹਾਨੂੰ ਕਸ਼ਟ ਦਿੰਦੇ ਰਹਾਂਗੇ ਅਤੇ ਗੱਲਬਾਤ ਕਰਦੇ ਰਹਾਂ। ਥੈਂਕ ਯੂ ਜੀ, ਅਸੀਂ ਖੁਸ਼ ਨਸੀਬ ਸਮਝਾਂਗੇ ਆਪਣੇ ਆਪ ਨੂੰ ਕਿ ਸਾਡੀ ਕੋਈ ਕਈ ਗੱਲ ਕਿਸੇ ਦੇ ਸੱਜਣ ਦੇ ਕੰਮ ਆ ਸਕੇ। ਅਤੇ ਜਸ ਪੰਜਾਬੀ ਟੀਮ ਦਾ ਇੱਕ ਵਾਰੀ ਫਿਰ ਤਹਿ ਦਿਲੋਂ ਧੰਨਵਾਦ ਪੈਨੀ ਜੀ ਹੁਣਾਂ ਦਾ, ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ, ਅਤੇ ਮੈਂ ਚਾਹੁੰਦਾ ਕਿ ਪ੍ਰੋਗਰਾਮ ਜਿਹੜਾ ਵਾ ਘਰ ਘਰ ਪਹੁੰਚੇ ਜੀ। ਧੰਨਵਾਦ, ਥੈਂਕ ਯੂ। ਹਾਂਜੀ, ਥੈਂਕ ਯੂ। ਸੌਖੀਆਂ ਇੱਥੇ ਤੱਕ ਪਹੁੰਚ ਗਏ ਕਿ ਰਾਹ ਦੇ ਵਿੱਚ ਪਹਿਲਾਂ ਕਈ ਕੰਡੇ, ਕਈ ਲੱਤਾਂ ਖਿੱਚਣ ਵਾਲਾ, ਕੋਈ ਕਰਨ ਵਾਲਾ? ਪੁਰਾਣੇ ਸਮਿਆਂ 'ਚ ਕੋਈ ਟਰੱਕ 'ਤੇ ਨਹੀਂ ਚੜ ਜਾਂਦਾ, ਅੱਜ ਕੱਲ੍ਹ ਤਾਂ ਜੋਬ ਹੀ ਇੰਨੀ ਸੌਖੀ ਆ ਵੀ ਆਪਣੇ ਬੰਦੇ ਵੇਟ ਕਰਦੇ ਆ ਵੀ ਕੋਈ ਡਰਾਈਵਰ ਆਵੇ ਅਤੇ ਚਾਬੀ ਫੜਾਈਏ ਅਤੇ ਤੋਰ ਦਈਏ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਟਰੱਕਾਂ ਬਾਰੇ ਸਪੈਸ਼ਲ ਪ੍ਰੋਗਰਾਮ ਜਸ ਪੰਜਾਬੀ 'ਤੇ, ਜੋ ਕਿ ਅਸੀਂ ਹੁਣ ਸ਼ੁਰੂ ਕੀਤਾ। ਟਰੱਕਾਂ ਦੀ ਹਰ ਸਮੱਸਿਆ, ਹਰ ਜਾਣਕਾਰੀ ਤੁਹਾਨੂੰ ਦੇਣ ਵਾਸਤੇ ਇਹ ਸ਼ੋਅ ਹਰ ਹਫ਼ਤੇ ਅਸੀਂ ਦਿਖਾਇਆ ਕਰਾਂਗੇ। ਅੱਜ ਜਿਵੇਂ ਪਹਿਲਾਂ ਦੱਸਿਆ, ਗਿਲਸਨ ਟਰੱਕਿੰਗ ਅਤੇ ਟਾਈਗਰ ਟਰਾਂਸ 'ਤੇ ਮੈਂ ਸਟੋਕਟਨ ਦੇ ਵਿੱਚ ਜਿਹੜਾ ਹੈ ਇੱਥੇ ਆਇਆ ਹੋਇਆ। ਹੁਣ ਮੇਰੇ ਨਾਲ ਜੁੜੇ ਨੇ ਇਸੇ ਨਾਲ ਸੰਬੰਧਿਤ ਬਿਕਰਮ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਅੱਛਾ, ਤੁਸੀਂ ਵੀ ਬੜੇ ਲੰਬੇ ਸਮੇਂ ਤੋਂ ਲੱਗਦੇ ਹੋ ਇਸ ਬਿਜ਼ਨਸ ਦੇ ਵਿੱਚ? ਹਾਂਜੀ ਜੀ, ਆਲਮੋਸਟ 12 ਸਾਲ ਹੋ ਗਏ ਜੀ ਇਸੇ ਕਿੱਤੇ ਵਿੱਚ ਜੁੜੇ ਹਾਂ ਜੀ। ਸੌਖੀਆਂ ਜੀ ਇੱਥੇ ਤੱਕ ਪਹੁੰਚ ਗਏ ਕਿ ਰਾਹ ਦੇ ਵਿੱਚ ਪਹਿਲਾਂ ਕਈ ਕੰਡੇ, ਕਈ ਲੱਤਾਂ ਖਿੱਚਣ ਵਾਲਾ, ਕੋਈ ਕਰਨ ਵਾਲਾ ਪਿਆ ਹੋਇਆ? ਨਹੀਂ ਜੀ, ਤੁਹਾਨੂੰ ਪਤਾ ਪਹਿਲਾਂ ਤਾਂ ਲਾਈਸੈਂਸ ਲੈ ਕੇ ਪੁਰਾਣੇ ਸਮਿਆਂ 'ਚ ਕੋਈ ਟਰੱਕ 'ਤੇ ਨਹੀਂ ਚੜ ਜਾਂਦਾ, ਅੱਜ ਕੱਲ੍ਹ ਤਾਂ ਜੋਬ ਹੀ ਇੰਨੀ ਸੌਖੀ ਆ ਵੀ ਆਪਣੇ ਬੰਦੇ ਵੇਟ ਕਰਦੇ ਆ ਵੀ ਕੋਈ ਡਰਾਈਵਰ ਆਵੇ ਅਤੇ ਚਾਬੀ ਫੜਾਈਏ ਅਤੇ ਤੋਰ ਦਈਏ। ਅੱਜ ਕੱਲ੍ਹ ਤਾਂ ਉਹੀ ਗੱਲ, ਜੇ ਨਬਜ਼ ਹੀ ਚੈੱਕ ਕਰਦੇ ਜੇ, ਇਹ ਨਹੀਂ ਜੇ ਵੇਂਦੇ ਵੀ ਇਹਦਾ ਐਕਸਪੀਰੀਅੰਸ ਕੀ ਹੈ ਕੀ ਨਹੀਂ। ਪਹਿਲਾਂ ਤਾਂ ਸਾਨੂੰ ਇੰਨੀ ਮੁਸ਼ਕਿਲ ਹੁੰਦੀ ਸੀ ਵੀ ਸਾਨੂੰ ਤਰਲੇ ਕੱਢਣੇ ਪੈਂਦੇ ਸੀ, 2-3 ਟ੍ਰਿਪ ਸਾਨੂੰ ਫ੍ਰੀ ਲਵਾ ਲਓ। ਅੱਛਾ, 2-3 ਟ੍ਰਿਪ ਲਾਉਣ ਤੋਂ ਬਾਅਦ ਵੀ ਪੈਸੇ ਨਹੀਂ ਮਿਲਣੇ, ਫਿਰ ਇੱਦਾਂ ਹੀ ਭੈਣ ਭਰਾਵਾਂ ਸੱਜਣਾਂ ਨੂੰ ਕਾਲਾਂ ਕਰਨੀਆਂ, ਚੜ੍ਹਨਾ, ਫਿਰ ਥੋੜ੍ਹਾ ਚਿਰ ਟਰੱਕ ਚਲਾਇਆ ਜੀ 2 ਸਾਲ, ਫਿਰ 4 ਸਾਲ ਆਪਣਾ ਲੈ ਕੇ ਚਲਾਇਆ ਜੀ। 6-7 ਸਾਲ ਦੀ ਮਿਹਨਤ ਤੋਂ ਬਾਅਦ ਫਿਰ ਇੱਥੇ ਪਹੁੰਚੇ, ਹੌਲੀ ਹੌਲੀ ਕੰਪਨੀ ਸ਼ੁਰੂ ਕੀਤੀ, 5 ਲੈ, 10 ਲੈ, ਇੱਦਾਂ ਹੀ ਸੱਜਣਾ ਮਿੱਤਰਾਂ ਦੀ ਹੈਲਪ ਦੇ ਨਾਲ ਇੱਥੋਂ ਤੱਕ ਪਹੁੰਚੇ ਹਾਂ ਜੀ। ਪਰ ਇਹਦੇ ਵਿੱਚ ਸਭ ਤੋਂ ਜੇ ਕਿਸੇ ਨੇ ਨਵਾਂ ਆਉਣਾ ਹੋਵੇ, ਉਹਨਾਂ ਨੂੰ ਮੈਂ ਇਹੋ ਹੀ ਸਲਾਹ ਦਊਂਗਾ ਵੀ ਪ੍ਰੋਪਰ ਸਿੱਖ ਕੇ, ਪ੍ਰੋਪਰ ਜਾਣਕਾਰੀ ਲੈ ਕੇ ਵੀ ਕਿੰਨੀ ਸਾਡੀ ਕੋਸਟ ਆ ਪਰ ਮਾਈਲ, ਉਸ ਹਿਸਾਬ ਦੇ ਨਾਲ ਹੀ ਅੱਗੇ ਬਿਜ਼ਨਸ ਵੱਲ ਵਧਿਆ ਜਾਵੇ। ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜੋ ਮੰਦਵਾੜੇ ਵੱਲ ਇਹ ਕਾਰੋਬਾਰ ਜਾ ਰਿਹਾ ਆ, ਇਹ ਅਧੂਰੀ ਜਾਣਕਾਰੀ ਕਰਕੇ ਹੀ ਆ। ਸਾਨੂੰ ਇਹ ਨਹੀਂ ਪਤਾ ਵੀ ਸਾਡੇ ਖਰਚੇ ਕੀ ਨੇ ਅਤੇ ਇਨਕਮ ਕੀ ਨੇ, ਸਿਰਫ ਲੋਡ ਦਾ ਰੇਟ ਪੁੱਛਦੇ ਆਪਣੇ ਬੰਦੇ ਤੋਂ, ਲੋਡ ਬੁੱਕ ਕਰ ਲੈਂਦੇ ਨੇ। ਜਿੰਨੇ ਵੀ ਕਿਸੇ ਨੇ ਟਰੱਕਿੰਗ ਦੇ ਵਿੱਚ ਆਉਣਾ, ਪ੍ਰੋਪਰ ਸਟੱਡੀ ਕਰਕੇ ਸਾਰਾ ਕੁਝ ਵੇਖ ਕੇ ਫਿਰ ਇਸ ਪਾਸੇ ਵੱਲ ਜਾਇਆ ਜਾਏ। ਇੱਕ ਜਿਹੜੀ ਅਨਪਲੈਨਡ ਗਰੋਥ ਆ, ਜਿਹੜੇ ਵੇਖ ਲੈਂਦੇ ਆ ਵੀ ਇਹਦੇ 50 ਟਰੱਕ ਆ, ਇਹਦੇ 60 ਆ, ਮੈਂ ਵੀ 10 ਲੈਣਾ, 20 ਲੈਣਾ, ਉਹ ਵੀ ਮਾਰਦੀ ਆਪਾਂ ਨੂੰ। ਅੱਜ ਉਹੀ ਹੋਇਆ, ਲੋਡ ਜਿਹੜੇ ਘੱਟ ਆ, ਟਰੱਕ ਵੱਧ ਅਵੇਲੇਬਲ ਆ, ਉਹਦਾ ਕਾਰਨ ਆ ਹਰ ਕਸਟਮਰ ਕੋਲ, ਬ੍ਰੋਕਰ ਕੋਲ ਚੁਆਇਸ ਆ ਵੀ ਅਸੀਂ ਸਸਤੇ ਮੂਵ ਕਰ ਲਈਏ ਲੋਡ। ਸੋ ਇਹੀ ਆ, ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਜੇ ਇਸ ਪਾਸੇ ਵੱਲ ਅੱਗੇ ਵਧਣਾ ਆ, ਪ੍ਰੋਪਰ ਸਟੱਡੀ ਕਰਕੇ ਮਾਰਕੀਟ ਨੂੰ ਵੇਖ ਕੇ ਫਿਰ ਅੱਗੇ ਸਟੈਪ ਬਾਏ ਸਟੈਪ। ਇਹ ਵੇਖੋ ਵੀ ਇੱਕ ਰਾਤ ਦਾ ਕੰਮ ਨਹੀਂ ਹੈ, ਕਿਉਂਕਿ ਦਿਸਦਾ ਸਾਨੂੰ ਕਿ ਉਹਨੇ ਇੱਕ ਟਰੱਕ ਸ਼ੁਰੂ ਕੀਤਾ ਸੀ ਚਲਾਉਣਾ ਅਤੇ ਹੁਣ ਅੱਜ ਉਹਦੇ ਕੋਲ ਪਿੰਡ ਵੀ ਵੱਡੀ ਕੋਠੀ ਆ ਅਤੇ ਇਹ ਵੀ ਉਹ ਵੀ ਅਤੇ ਸਾਰਾ ਕੁਝ, ਪਰ ਇਹਦੇ ਪਿੱਛੇ ਬੜੀ ਵੱਡੀ ਮਿਹਨਤ ਹੁੰਦੀ ਹੈ। ਅੱਛਾ, ਸਵਾਲ ਇੱਕ ਜਿਹੜਾ ਅਹਿਮ ਇਹ ਹੈ ਕਿ ਅੱਜ ਕੱਲ੍ਹ ਹਾਲਾਤ ਦੇਖ ਕੇ ਬਹੁਤ ਸਾਰੇ ਲੋਕ ਬਿਜ਼ਨਸ ਛੱਡ ਰਹੇ ਨੇ, ਜਾਂ ਜਿਹਨਾਂ ਕੋਲ ਇੱਕਾ ਦੁੱਕਾ ਟਰੱਕ ਹੈਗੇ ਨੇ ਉਹ ਵੇਚ ਕੇ ਆਪਣੇ ਹੋਰ ਕੰਮਾਂ ਕਾਰਾਂ 'ਚ
ਲੱਗ ਗਏ ਜਾਂ ਵੇਚ ਕੇ ਉਸੇ ਟਰੱਕ 'ਤੇ ਡਰਾਈਵਿੰਗ ਕਰਨ ਲੱਗ ਗਏ, ਉਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ ਜਾਂ ਉਹਨਾਂ ਡਿਸੀਜਨ ਸਹੀ ਆ? ਨਹੀਂ, ਵੇਟ ਕਰਨੀ ਚਾਹੀਦੀ. ਵੇਖੋ, ਇਹ ਸਾਈਕਲ ਆ, ਕੋਈ ਵੀ ਜੇ ਦੇਣੇ ਆ ਤਾਂ ਰਾਤ ਵੀ ਆਉਣੀ ਆਉਣੀ ਆ. ਜੇ ਆਪਾਂ ਪਿਛਲੇ 2-4 ਸਾਲ ਪੈਸੇ ਕਮਾਏ ਆ, ਜੇ ਆਹ ਸਾਲ ਥੋੜ੍ਹੇ ਬਹੁਤੇ ਪੈ ਵੀ ਜਾਣਗੇ ਤਾਂ ਐਡੀ ਕੋਈ ਗੱਲ ਨਹੀਂ, ਹੌਂਸਲਾ ਰੱਖਣ. ਇਹ ਆ ਵੀ ਚੀਪ ਹੌਲ ਨਾ ਕਰਨ, ਸਸਤੇ ਲੋੜ ਨਾ ਚੁੱਕਣ. ਥੋੜ੍ਹਾ ਬਹੁਤਾ ਆਪਣਾ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਜਾਵੇ ਕਸਟਮਰ ਨੂੰ. ਵੇਖੋ, ਇੱਕ ਵਰਕਰ ਕੌਂਪ ਆ, ਸਿਸਟਮ ਆ, ਸੇਫਟੀ ਸਾਡਾ ਆਹ ਤਰੀਕਾ ਆ, ਉਹਨਾਂ ਦੇ ਪੈਸੇ ਲਏ ਜਾਣ. ਸਾਡੇ ਬੰਦੇ ਗੱਲ ਨਹੀਂ ਕਰਦੇ, ਸਿਰਫ ਜੈਸ ਨੋ ਦੇ ਵਿੱਚ ਹੀ ਲੋਡ ਲੈ ਕੇ ਕਰ ਲਏ. ਕੋਈ ਕੈਲਕੂਲੇਸ਼ਨ ਹੀ ਨਹੀਂ ਹੈਗੀ ਵੀ ਪ੍ਰੋਪਰ ਉਹਨਾਂ ਨੂੰ ਐਕਸਪਲੇਨ ਕੀਤਾ ਜਾਵੇ ਆਹ ਸਾਡੇ ਖਰਚੇ ਆ ਅਤੇ ਸਾਨੂੰ ਹੈਵ ਟੂ ਇੱਦਾਂ ਚਾਹੀਦਾ ਹੀ ਹੋਰ. ਹੋਰ ਕੀ ਅੱਜ ਕੱਲ੍ਹ ਔਕੜਾ, ਅੱਜ ਦੀ ਗੱਲ ਕਰੀਏ ਤਾਂ ਸਾਡੇ ਟਰੱਕ ਬਿਜ਼ਨਸ ਦੇ ਵਿੱਚ ਜਿੰਨੇ ਪੰਜਾਬੀਆਂ ਦੀ ਆਪਾਂ ਮੋਸਟਲੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਹੋਰ ਕਿੰਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ? ਸਮੱਸਿਆ ਸਭ ਤੋਂ ਬਿਗੈਸਟ ਪ੍ਰੋਬਲਮ ਤਾਂ ਡਰਾਈਵਰਸ ਦੇ ਅੱਜ, ਜਿਹੜੀ ਅਨਐਜੂਕੇਟਡ ਅਤੇ ਜਿਹੜੀ ਪ੍ਰੋਪਰ ਟ੍ਰੇਨਿੰਗ ਨਹੀਂ ਹੁੰਦੀ ਡਰਾਈਵਰਾਂ ਦੀ. ਆਉਂਦੇ ਡਰਾਈਵਰ ਨੂੰ ਟਰੱਕ 'ਤੇ ਚਾੜ ਦਿੱਤਾ ਜਾਂਦਾ. ਦੇਖੋ ਤੁਸੀਂ, 2.5 ਲੱਖ ਦੀ ਇਕੁਪਮੈਂਟ ਆ, 1.5 ਲੱਖ ਦਾ ਟਰੱਕ, ਆਲਮੋਸਟ 80-90 ਹਜ਼ਾਰ ਦਾ ਟ੍ਰੇਲਰ ਹੈ, ਵਿੱਚ $1,00,000 $1.5 ਲੱਖ ਦਾ ਸਟ੍ਰੋਬਰੀ ਦਾ ਲੋਡ ਹੈ, $4 ਲੱਖ ਦੀ ਚੀਜ਼ ਤੁਸੀਂ ਇੱਕ ਬੰਦੇ ਨੂੰ ਫੜਾ ਦਿੰਦੇ ਜੇ ਜਿਹਨੂੰ ਬਿਲਕੁਲ ਨਹੀਂ ਪਤਾ, ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਹੁੱਡ ਕਿੱਥੋਂ ਖੁੱਲ੍ਹਣੀ ਹੈ. ਮੇਰੇ ਇਹੋ ਹੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਵੀ ਡਰਾਈਵਰ ਹਾਇਰ ਕਰਨ ਦਾ ਪ੍ਰੋਪਰ ਤਰੀਕਾ ਹੋਵੇ. ਇਹਦੇ ਵਿੱਚ ਇਕੱਲਾ ਉਹਦਾ ਆਪਣੀ ਜਾਨ ਦਾ ਨੁਕਸਾਨ ਨਹੀਂ ਹੈਗਾ ਜਾਂ ਟਰੱਕ ਦਾ ਨੁਕਸਾਨ ਨਹੀਂ ਹੈਗਾ, ਸਟ੍ਰੋਬਰੀ ਦਾ ਨੁਕਸਾਨ ਨਹੀਂ ਹੈਗਾ, ਉਹ ਜਦੋਂ ਜਾ ਰਿਹਾ ਅਣਜਾਣ ਬੰਦਾ ਤਾਂ ਜਿਹੜਾ ਬੰਦਾ ਸਾਹਮਣੇ ਵੀ 10 ਬੰਦਿਆਂ ਨੂੰ ਉਹ ਲੈ ਸਕਦਾ. ਇਹ ਬਾਂਬੀ ਬੰਨੇ ਵਾਲਾ ਹਿਸਾਬ ਹੈ ਨਾ, ਤੁਸੀਂ ਵੇਖੋ ਨਾ ਜੀ ਕਿੰਨੀ ਤਗੜੀ ਲਾਇਬਿਲਟੀ ਹੈ ਇਹਦੇ ਵਿੱਚ. ਜਿਹੜਾ ਇੱਕ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਸਨੈਪਚੈਟ, ਵਟਸਐਪ ਸਟੇਟਸ ਇਹ ਫੋਨ ਤੋਂ ਅਵੋਇਡ ਕਰਨਾ ਚਾਹੀਦਾ, ਇਹਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਚਾਹੀਦੀ ਆ ਕੰਪਨੀਆਂ. ਸਾਡੀ ਵੀ ਰਿਸਪੋਂਸੀਬਿਲਟੀ ਬਣਦੀ ਆ ਕਿ ਪ੍ਰੋਪਰ ਆਪਾਂ ਐਵਰੀ ਡੇ ਸੇਫਟੀ ਵਾਲਾ ਜਿਹੜਾ ਵੇਖੀਏ ਇਹਨਾਂ ਨੂੰ ਵੀ ਕਿੰਨੀਆਂ ਨਾ ਹਾਰਸ਼ ਬ੍ਰੇਕਾਂ ਲਾਈਆਂ ਐਵਰੀ ਡੇ, ਕਿੰਨੇ ਮੋੜ ਕੱਟੇ, ਕਿਵੇਂ ਕੀਤਾ ਸਾਰਾ ਕੁਛ. ਇਹ ਪ੍ਰੋਪਰ ਸਿਸਟਮੈਟਿਕਲੀ ਕੰਮ ਕਰਨਾ ਚਾਹੀਦਾ. ਅੱਛਾ, ਕਿਹੜਾ ਏਰੀਆ ਆਪਣਾ ਪੰਜਾਬ ਦੇ ਵਿੱਚ? ਅੰਮ੍ਰਿਤਸਰ ਜੀ, ਜਗਦੇਵ ਕਲਾਂ ਜੀ. ਹਾਂਜੀ, ਹਾਸ਼ਮ ਦਾ ਪਿੰਡ ਹੈ ਜੀ. ਹਾਂਜੀ ਹਾਂਜੀ ਹਾਂਜੀ. ਔਰ ਬਹੁਤ ਮਸ਼ਹੂਰ ਪਿੰਡ ਹੈ. ਹਾਂਜੀ, ਬਹੁਤ ਵੱਡਾ ਪਿੰਡ ਹੈ. ਹਾਂਜੀ, ਪੂਰੀ ਦੁਨੀਆ ਤਕਰੀਬਨ ਜਾਣਦੀ ਉਹਨਾਂ ਨੂੰ. ਹਾਂਜੀ, ਤੇ ਟਰੱਕਾਂ ਦੀ ਜਿਹੜੀ ਗੱਲਬਾਤ ਆਪਾਂ ਜਿਹੜੀ ਕਰ ਰਹੇ, ਰਿਪੇਅਰ ਵੀ ਆ ਜਾਂਦੀ ਇਹਦੇ 'ਚ, ਇੰਸ਼ੋਰੈਂਸ ਵੀ ਆ ਜਾਂਦੀ ਹੈ ਤੇ ਜਿਹੜੇ ਇੰਸ਼ੋਰੈਂਸ ਵਗੈਰਾ ਦਾ ਉਹ ਕੰਮ ਸੌਖਾ ਹੀ ਆ ਜਾਂ ਬਹੁਤ ਜ਼ਿਆਦਾ ਇੰਸ਼ੋਰੈਂਸ ਰਹਿੰਦੀ? ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ, ਟਰੱਕ ਖੜ ਗਿਆ, ਹਾਂਜੀ, ਇਨਕਮ ਬੰਦ ਹੋ ਗਈ ਅਤੇ ਖਰਚੇ ਨਹੀਂ, ਇਹ ਵੀ ਕਾਰਨ ਹੈ. ਉਹੀ ਮੈਂ ਤੁਹਾਨੂੰ ਦੱਸਦਾ ਨਾ ਜੀ, ਦੇਖੋ ਜਦੋਂ ਆਪਾਂ ਮਾੜੇ ਡਰਾਈਵਰ ਰੱਖਣੇ ਆ, ਉਹਨਾਂ ਨੇ ਐਕਸੀਡੈਂਟ ਵੱਧ ਕਰਨੇ ਆ, ਜਿਹੜੇ ਲੋਸ ਰਨ ਰੇਸ਼ੋ ਆ ਸਾਡੀ ਉਹ ਹਾਈ ਚਲੇ ਜਾਣੀ ਆ, ਉਹਦੇ ਨਾਲ ਸਾਡੀ ਇੰਸ਼ੋਰੈਂਸ ਕੋਸਟ ਆ ਜਿਹੜੀ ਬਹੁਤ ਜ਼ਿਆਦਾ ਵੱਧ ਜਾਣੀ ਆ. ਸਾਡਾ ਪਹਿਲਾ ਟਰੱਕਿੰਗ ਕੰਪਨੀ ਘਾਟੇ ਜਾਣ ਦਾ ਕਾਰਨ ਇਹ ਹੁੰਦਾ, ਇੰਸ਼ੋਰੈਂਸ ਕੋਸਟ, ਦੂਜੀ ਜਿਹੜੀ ਆਪਾਂ ਫੈਕਟਰਿੰਗ ਕਰਵਾ ਲੈਂਦੇ ਹਾਂ, ਤੀਜਾ ਜਿਹੜੇ ਸਾਡੇ ਬੰਦੇ SBA ਲੋਨ ਲੈ ਲੈਂਦੇ ਆ. ਇਹ 3 ਸਟੈਪ ਜਿਹੜੇ ਬੰਦੇ ਆਪਣੇ ਕਰ ਲੈਂਦੇ, ਪਹਿਲੀ ਸੁਸਾਈਡ ਆ ਜਿਹੜੀ ਆ ਇੰਸ਼ੋਰੈਂਸ ਆਈ ਜਾਂਦੀ ਆ, ਉਹ ਜਾਂਦੀ ਆ, ਫਿਰ ਫੈਕਟਰਿੰਗ, ਫਿਰ SBA ਲੋਨ. ਜੇ ਪ੍ਰੋਪਰ ਕਿਸੇ ਨੇ ਟਰੱਕਿੰਗ ਕੰਪਨੀ 'ਚ ਆਉਣਾ, ਉਹ ਵੇਖੀ ਵੀ ਜੇ ਮੈਂ ਇੱਕ ਟਰੱਕ ਕਰਨਾ, ਮੈਨੂੰ ਇਹਦੇ ਪਿੱਛੇ $20,000 to $30,000 ਚਾਹੀਦਾ, ਮੈਂ ਫੈਕਟਰਿੰਗ ਵੀ ਨਹੀਂ ਕਰਾਉਣੀ, ਅਤੇ ਮੈਂ ਇਹ ਇੱਕ ਜਦੋਂ 30,000 ਲੈ ਕੇ ਇੱਕ ਟਰੱਕ ਲੈ ਲਿਆ, ਫਿਰ ਜਦੋਂ ਸੈਕਿੰਡ ਟਰੱਕ ਐਡ ਕਰਨਾ, 30,000 ਮੇਰਾ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ. ਪੁਆਇੰਟ ਤੁਹਾਡਾ ਬਹੁਤ ਵੱਡਾ ਹੈਗਾ. ਇਹ ਚੀਜ਼ ਅਸੀਂ ਕਰਦੇ ਨਹੀਂ, ਜਾਂ ਖਾਸ ਤੌਰ 'ਤੇ ਪੰਜਾਬੀਆਂ ਦੀ ਇਹ ਫਿਤਰਤ ਨਹੀਂ ਹੈ. ਅੱਜ $1,00,000 ਆ ਰਿਹਾ ਮਹੀਨੇ ਦਾ, ਤਾਂ $1,00,000 ਉਹਨਾਂ ਨੇ ਲਾ ਦੇਣਾ, ਚਾਹੇ ਇਨਵੈਸਟ ਕਰਤਾ, ਚਾਹੇ ਕਿਸੇ ਨੂੰ ਦੇ ਦਿੱਤਾ ਹੋਰ, ਨਹੀਂ ਤਾਂ ਕਿਸੇ ਨੇ ਉਧਾਰੇ ਮੰਗ ਲਏ ਉਹਨੂੰ ਦੇ ਦਿੱਤਾ. ਸੋ ਤੁਹਾਡੇ ਕਹਿਣ ਦਾ ਮਤਲਬ ਹੈ ਟਰੈਕਿੰਗ ਬਿਜ਼ਨਸ ਦੇ ਵਿੱਚ ਤੁਹਾਡੇ ਕੋਲ ਸਾਈਟ 'ਤੇ ਪੈਸਾ ਜ਼ਰੂਰ ਪਿਆ ਹੋਣਾ ਚਾਹੀਦਾ, ਜਿਹੜਾ ਕਦੇ ਵੀ ਲੋੜ ਪੈ ਸਕਦਾ. ਬਿਲਕੁਲ ਜੀ, ਬਿਲਕੁਲ ਪਿਆ ਹੋਣਾ ਚਾਹੀਦਾ. ਦੂਜੀ ਇਹ ਵੀ ਬੈਂਕ ਅਕਾਊਂਟ ਵੱਲ ਵੇਖ ਕੇ ਨਹੀਂ ਸਾਨੂੰ ਚੱਲਣਾ ਚਾਹੀਦਾ, ਸਾਨੂੰ ਆਪਣਾ ਸਿਸਟਮ ਹੋਣਾ ਚਾਹੀਦਾ, ਕਿੰਨੇ ਚੈੱਕ ਕੱਢਤੇ, ਕਿਹੜੀ ਪੇਮੈਂਟ ਜਾਣੀ. ਆਪਣੇ ਬੰਦੇ ਬੈਂਕ ਅਕਾਊਂਟ ਵੇਖਦੇ ਸਵੇਰੇ ਉੱਠ ਕੇ, ਉਹ ਦੇਖਦੇ ਆ ਵੀ $1,00,000 ਆ, ਠੀਕ ਆ ਆਪਾਂ ਆਹ ਵੀ ਕਰ ਲਈਏ, ਆਹ ਵੀ ਕਰ ਲਈਏ. ਉਹ ਬਿਲਕੁਲ ਗਲਤ ਗੱਲ ਆ. ਇਹ ਪ੍ਰੋਪਰ ਜੇ ਅੱਗੇ ਵਧਣਾ, ਸਾਨੂੰ ਅਕਾਊਂਟਿੰਗ ਹੈ ਜਿਹੜੀ ਹਰ ਇੱਕ ਕੰਪਨੀ ਦੀ ਬੈਕਬੋਨ ਹੁੰਦੀ ਆ, ਤੁਹਾਡੇ ਕੋਲ ਅਕਾਊਂਟੈਂਟ ਚੰਗਾ ਹੋਣਾ ਬਹੁਤ ਜ਼ਰੂਰੀ ਹੈ. ਮੈਂ ਹਰ ਇੱਕ ਨੂੰ ਇਹੋ ਹੀ ਕਹੂੰਗਾ, ਜੇ ਸਾਨੂੰ ਨਹੀਂ ਜਾਣਕਾਰੀ, ਕਿਉਂਕਿ ਅਸੀਂ ਤਾਂ ਵੇਖੋ ਦੇਸੀ ਜਟਕੇ ਚਲਾਇਆ, ਲੈ ਲਿਆ, ਟਰੱਕ ਬਾਰੇ ਜਾਣਕਾਰੀ ਲੈ ਸਕਦੇ ਹਾਂ ਨਾ, ਸਾਰਾ ਕੁਝ ਸਿਸਟਮ ਨੂੰ ਚਲਾਉਣ ਲਈ ਇੱਕ ਚੰਗਾ ਅਕਾਊਂਟੈਂਟ ਚਾਹੀਦਾ ਤੁਹਾਡੇ ਕੋਲ. ਬਿਲਕੁਲ ਜੀ, ਚਲੋ ਬਹੁਤ ਵਧੀਆ ਗੱਲਾਂ ਮਤਲਬ ਤੁਹਾਡੇ ਨਾਲ ਹੋਈਆਂ, ਜਾਣਕਾਰੀ ਕਾਫੀ ਮਿਲੀ ਹੈ. ਹੋਰ ਵੀ ਅਸੀਂ ਜਾਣਕਾਰੀ ਘਰਾਂ ਵਿੱਚ ਬੈਠੇ ਪੰਜਾਬੀਆਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਰਹਾਂਗੇ. ਅਤੇ ਅੱਜ ਇੱਥੇ ਤੁਹਾਡੇ ਕੋਲ ਆ ਕੇ ਬੜਾ ਵਧੀਆ ਲੱਗਿਆ ਮਾਹੌਲ, ਚਾਰ ਚੁਫੇਰੇ ਟਰੱਕ, ਔਰ ਫਿਰ ਵੀ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੇ. ਤੁਹਾਡਾ ਬਹੁਤ ਬਹੁਤ ਧੰਨਵਾਦ. ਥੈਂਕ ਯੂ ਜੀ ਸਰ, ਸਤਿ ਸ਼੍ਰੀ ਅਕਾਲ. ਇਹ ਰਿਪੇਅਰ ਜਿਹੜੀ ਹੈ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਉਸ ਹੱਦ ਤੱਕ ਗੱਲ ਨਾ ਜਾਵੇ ਵੀ ਲੋਹਾ ਮਾਫਕ ਨਹੀਂ? ਕੋਈ ਵੀ ਕਮਰਸ਼ੀਅਲ ਲਾਇਸੈਂਸ ਜਦੋਂ ਕੋਈ ਵੀ ਪਰਸਨ ਲੈਂਦਾ ਆ, ਤੇ ਲੌਗ ਬੁੱਕ ਇੱਕ ਬਹੁਤ ਜ਼ਰੂਰੀ ਚੀਜ਼ ਆ ਜਿਹੜੀ ਕਿ ਟਰੱਕ ਚਲਾਉਣ ਲਈ ਕੰਮ ਆਉਂਦੀ ਆ ਜੀ. ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਟਰੱਕਾਂ ਦੇ ਇਸ ਖਾਸ ਸ਼ੋਅ ਦੇ ਵਿੱਚ. ਟਰੱਕਾਂ ਬਾਰੇ ਜਿਹੜਾ ਅਸੀਂ ਸ਼ੁਰੂ ਕੀਤਾ, ਮਨੀਤ ਦਿਓਲ ਸਾਹਿਬ ਸਾਡੇ ਨਾਲ ਹੁਣ ਜੁੜੇ ਨੇ, ਜਿਨ੍ਹਾਂ ਦਾ ਕੰਮ ਰਿਪੇਅਰ ਵੀ ਦੇਖਦੇ ਨੇ, ਨਾਲ ਦੀ ਨਾਲ ਕਾਗਜ਼ਾਂ ਪੱਤਰਾਂ ਦੀ ਕੋਈ ਗੱਲ ਹੋਵੇ ਉਹ ਵੀ ਇਹਨਾਂ ਕੋਲੋਂ ਜਾਣਕਾਰੀ ਆਪਾਂ ਹਾਸਲ ਕਰਨੀ ਆ.
ਜਿਹੜੀ ਤਾਂ ਕਿ ਲੋਕਾਂ ਨੂੰ ਅਵੇਅਰ ਕਰ ਸਕੀਏ, ਜਾਣਕਾਰੀ ਦੇ ਸਕੀਏ, ਕਿਉਂਕਿ ਟਰੱਕਾਂ ਦਾ ਬਿਜ਼ਨਸ ਜਿਹੜਾ ਅੱਜ ਕੱਲ੍ਹ ਬੜਾ ਉਹ ਹੋਇਆ ਪਿਆ। ਅਤੇ ਅਸੀਂ ਗੱਲ ਕਰੀਏ ਰਿਪੇਅਰ ਦੀ ਗੱਲ ਕਰੀਏ ਤਾਂ ਇਹ ਵੀ ਟਰੱਕ ਦਾ ਇੱਕ ਅਹਿਮ ਹਿੱਸਾ ਹੈ, ਬਹੁਤ ਵੱਡਾ ਹਿੱਸਾ ਜੀ। ਉਦੋਂ ਪਹਿਲਾਂ ਅਗਰ ਗੱਲ ਕਰੀਏ ਕਾਗਜ਼ਾਂ ਪੱਤਰਾਂ ਦੀ ਜਾਂ ਪਲੇਟ ਦੀ ਗੱਲ ਕਰੀਏ ਤਾਂ ਉਹ ਸਭ ਤੋਂ ਵੱਡਾ ਸ਼ੁਰੂਆਤ ਉੱਥੋਂ ਹੁੰਦੀ ਹੈ। ਹਾਂਜੀ। ਸੋ ਜਿਹੜੀਆਂ ਪਲੇਟਾਂ ਦਾ ਜਾਂ ਕਾਗਜ਼ਾਂ ਪੱਤਰਾਂ ਦਾ ਕੀ ਸਿਸਟਮ ਹੁੰਦਾ ਹੈ? ਭਾਈ ਇੱਦਾਂ ਜਦੋਂ ਤੁਸੀਂ ਅਮੈਰੀਕਾ ਦੇ ਵਿੱਚ ਜਦੋਂ ਵੀ ਤੁਸੀਂ ਟਰੈਕਿੰਗ ਆਪਣੀ ਰਨ ਕਰਨੀ ਹੈ, ਕੋਈ ਵੀ ਤੁਸੀਂ ਬਿਜ਼ਨਸ ਕਰਨਾ ਆ, ਤੁਹਾਨੂੰ ਇੱਕ ਬੇਸਿਕ ਜਿਹੜੀ ਆ ਡਾਕੂਮੈਂਟੇਸ਼ਨ, ਜਿਹੜੀ ਪਰਮਿਟਿੰਗ, ਜਿਹੜੇ ਲਾਈਸੈਂਸਿੰਗ ਐਂਡ ਪਰਮਿਟਿੰਗ ਇਸ਼ੂਜ਼ ਜਿਹੜੇ ਹੁੰਦੇ ਆ ਉਹ ਜ਼ਰੂਰ ਚਾਹੀਦੇ ਆ। ਅੱਛਾ। ਜਿਹਦੇ ਵਿੱਚ ਤੁਹਾਡੇ ਮੇਨ ਤਾਂ ਹੁੰਦਾ ਵੀ ਤੁਸੀਂ ਆਪ ਖੁਦ ਕਰਨਾ ਚਾਹੁੰਦੇ ਹਾਂ, ਕਿਸੇ ਨਾਲ ਕੰਮ ਕਰਕੇ ਰਲ ਕੇ ਕਰਨਾ ਚਾਹੁੰਦੇ ਹਾਂ, ਕਿ ਤੁਸੀਂ ਕਾਰਪੋਰੇਸ਼ਨ ਬਣਾ ਕੇ ਕੰਮ ਕਰਨਾ ਚਾਹੁੰਦੇ ਹਾਂ, ਕਿ ਤੁਸੀਂ ਸੋਲ ਪ੍ਰੋਪਰ ਕੰਮ ਕਰਨਾ ਚਾਹੁੰਦੇ ਹਾਂ। ਅੱਛਾ। ਇਹ ਚੀਜ਼ਾਂ ਬਹੁਤ ਅਹਿਮੀਅਤ ਰੱਖਦੀਆਂ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਆ। ਅਤੇ ਜਦੋਂ ਇਹ ਤੁਹਾਨੂੰ ਜਦੋਂ ਤੁਸੀਂ ਇਹ ਬਿਜ਼ਨਸ ਡਿਸੀਜ਼ਨ ਲੈ ਲੈਂਦੇ ਹਾਂ ਵੀ ਤੁਸੀਂ ਕਿੱਦਾਂ ਬਿਜ਼ਨਸ ਕਰਨਾ ਆ ਇਹ, ਉਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਮੇਨ ਨੀਡ ਆ ਵੀ ਬਿਜ਼ਨਸ, ਜਿਹੜੇ ਪਰਮਿਟ, ਅਸੀਂ ਪਰਮਿਟਾਂ ਦਾ ਕੰਮ ਕਰਦੇ, ਸਾਰੇ ਪਰਮਿਟਿੰਗ ਅਸੀਂ ਕਰਵਾ ਕੇ ਦਿੰਦੇ ਹਾਂ ਵੀ ਉਸ ਪਰਸਨ ਨੇ ਜੇ ਕਾਰਪੋਰੇਸ਼ਨ ਬਣਾਏ ਕੰਮ ਕਰਨਾ, ਉਹਨੇ ਕਾਰਪੋਰੇਸ਼ਨ ਬਣਾਏ ਕੰਮ ਕਰਨਾ, ਜੇ ਉਹਨਾਂ ਨੇ ਸੋਲ ਪ੍ਰਾਈਵੇਟ, ਉਸ ਬੇਸਿਸ 'ਤੇ ਬਿਜ਼ਨਸ ਕਰਨ ਤੋਂ ਬਾਅਦ ਜਦੋਂ ਜਿਹੜੀ ਦੂਜੀ ਅਹਿਮ ਚੀਜ਼ ਆ ਨਾਲ ਇੰਸ਼ੋਰੈਂਸ, ਇੰਸ਼ੋਰੈਂਸ ਇਹ ਜਿਹੜੇ ਚੀਜ਼ਾਂ ਕੰਪਲੀਟ ਹੋਣ ਤੋਂ ਬਾਅਦ ਉਹ ਕੋਈ ਵੀ ਪਰਸਨ ਹੈ ਜਿਹੜਾ ਉਹ ਔਨ ਰੋਡ ਹੋ ਸਕਦਾ। ਅੱਛਾ, ਇਹਦੇ ਸਵਾਲ ਦੇ ਵਿੱਚ ਇੱਕ ਪਹਿਲਾ ਸਵਾਲ ਹੋਰ ਐਡ ਹੁੰਦਾ ਕਿ ਕੋਈ ਵੀ ਆਮ ਨਵਾਂ ਬੰਦਾ, ਮੈਂ ਆ ਗਿਆ, ਮੈਨੂੰ ਕੋਈ ਜਾਣਕਾਰੀ ਨਹੀਂ ਹੈ ਟਰੱਕਾਂ ਬਾਰੇ ਕੀ ਕਰਨਾ, ਕੀ ਨਹੀਂ, ਕਿਵੇਂ ਪੇਪਰ ਬਣਨੇ, ਫਿਰ ਤੁਸੀਂ ਉਹਨਾਂ ਨੂੰ ਪੂਰਾ ਗਾਈਡ ਵੀ ਕਰਦੇ ਹੋ ਪਹਿਲਾਂ ਵੀ ਤੂੰ ਕਰ ਸਕਦਾ ਨਹੀਂ ਕਰ ਸਕਦਾ, ਤੇਰੇ ਪੇਪਰ ਇਸ ਤਰ੍ਹਾਂ ਬਣ ਸਕਦੇ ਨਹੀਂ ਬਣ ਸਕਦੇ ਜਾਂ ਸਭ ਦੇ ਬਣ ਜਾਂਦੇ ਆ? ਹਾਂਜੀ, ਅਸੀਂ ਗਾਈਡ ਵੀ ਕਰਦੇ ਹਾਂ, ਪਰ ਫੈਡਰਲ ਮੋਟਰ ਕੈਰੀਅਰ ਜਿਹੜੇ ਯੂਨਾਈਟਿਡ ਸਟੇਟਸ ਦੇ ਲਾਅ ਦੇ ਜਿਹੜੇ ਫੈਡਰਲ ਮੋਟਰ ਕੈਰੀਅਰ ਜਿਹੜੇ ਅਤੇ ਡਿਪਾਰਟਮੈਂਟ ਟਰਾਂਸਪੋਰਟੇਸ਼ਨ ਨੇ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਲਾਈ ਹੈਗੀ ਵੀ ਕੋਈ ਬੰਦਾ ਬਿਜ਼ਨਸ ਨਹੀਂ ਕਰ ਸਕਦਾ। ਇਹ ਸਾਰਿਆਂ ਲਈ ਓਪਨ ਮਾਰਕੀਟ ਆ, ਕੋਈ ਬੰਦਾ ਟਰੈਕਿੰਗ ਬਿਜ਼ਨਸ ਵਿੱਚ ਕਦੇ ਵੀ ਕਿਸੇ ਵੇਲੇ ਵੀ ਸ਼ੁਰੂ ਕਰ ਸਕਦਾ ਜੀ। ਸੋ ਤੁਹਾਡੇ ਕੋਲ ਇਹ, ਅਸੀਂ ਕਾਗਜ਼ ਪੱਤਰਾਂ ਦੀ ਗੱਲ ਸਮਾਪਤ ਕਰਕੇ ਫਿਰ ਰਿਪੇਅਰ ਵਾਲੇ ਪਾਸੇ ਆਉਂਦੇ ਹਾਂ, ਕਾਗਜ਼ ਪੱਤਰਾਂ ਦੇ ਵਿੱਚ ਤੁਹਾਡੇ ਕੋਲ ਕਿਹੜੀ ਕਿਹੜੀ ਸਹੂਲਤ ਹੈਗੀ ਹੈ, ਤੁਹਾਡੇ ਗਲੋਬਲ ਮਲਟੀ ਸਰਵਿਸ ਦੇ ਵਿੱਚ ਕੀ ਤੁਹਾਡੀਆਂ ਸਰਵਿਸਿਸ ਆਉਂਦੀਆਂ ਨੇ? ਭਾਈ ਗਲੋਬਲ ਮਲਟੀ ਸਰਵਿਸਿਸ ਦੇ ਵਿੱਚ ਅਸੀਂ ਸਾਰੀਆਂ ਹੀ ਸਕਰੈਚ ਤੋਂ ਕਿਸੇ ਬੰਦੇ ਨੇ ਆਈ ਦੀ ਡੇਟ ਦੇ ਵਿੱਚ ਕੰਮ ਸ਼ੁਰੂ ਕਰਨਾ, ਕਿਸੇ ਪਰਸਨ ਨੇ ਵੀ ਇਕੱਲੇ ਮੈਂ ਪਰਸਨ ਦੇ ਵਿੱਚ ਭੈਣਾਂ ਵੀ ਕਰ ਸਕਦੀਆਂ, ਕਹਿੰਦੇ ਕੋਈ ਜ਼ਰੂਰੀ ਨਹੀਂ ਵੀ ਕਹਿੰਦੇ ਹੁੰਦੇ ਵੀ ਬੰਦਿਆਂ ਨੇ ਹੀ ਕਰਨਾ, ਕਹਿੰਦੇ ਕੋਈ ਵੀ ਪਰਸਨ ਕਰ ਸਕਦਾ ਕੰਮ ਜੀ। ਅਸੀਂ ਉਹਦੇ ਵਿੱਚ ਸਕਰੈਚ ਤੋਂ ਕਹਿ ਲਓ ਵੀ ਜਦੋਂ ਮੁੱਢਲੀ ਜਿਹੜੀ ਜ਼ਰੂਰਤ ਆ ਉਹ ਪਰਮਿਟ ਨੇ ਜੀ। ਤੁਸੀਂ ਜਦੋਂ ਔਨ ਰੋਡ ਕਰਨ ਵਾਸਤੇ ਤੁਹਾਨੂੰ ਪਰਮਿਟਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਤੁਸੀਂ ਪਰਮਿਟ ਤੋਂ ਸ਼ੁਰੂ ਹੋ ਗਏ ਤੋਂ ਕੰਮ ਕਰਦੇ ਹਾਂ, ਪਰਮਿਟ ਤੋਂ ਲੈ ਕੇ ਫਿਰ ਨੰਬਰ ਪਲੇਟਾਂ ਵਗੈਰਾ ਹੋ ਗਈਆਂ, ਇੰਸ਼ੋਰੈਂਸ ਵਗੈਰਾ ਦਾ ਵੀ ਹੈ? ਇੰਸ਼ੋਰੈਂਸ ਵਗੈਰਾ ਦਾ ਅਸੀਂ ਕੁਛ ਟਾਈਮ ਲਈ ਕੀਤਾ ਸੀਗਾ, ਫਿਰ ਅਸੀਂ ਉਹਨੂੰ ਕੁਛ ਘਰੇਲੂ ਰੁਝੇਵਿਆਂ ਕਰਕੇ ਕਹਿੰਦੇ ਸਾਨੂੰ ਸਕਿੱਪ ਕਰਨਾ ਪਿਆ ਥੋੜਾ ਕੰਮ। ਅੱਛਾ, ਜੇ ਰਿਪੇਅਰ ਦੀ ਗੱਲ ਕਰੀਏ, ਇਹ ਵੀ ਇੱਕ ਬਹੁਤ ਵੱਡਾ ਹਿੱਸਾ ਹੈਗਾ ਟਰੱਕ ਦਾ, ਟਰੱਕ ਬਿਜ਼ਨਸ ਦਾ ਕਹਿ ਲਓ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਰਿਪੇਅਰ ਟਰੱਕ ਜਦੋਂ ਜ਼ਿਆਦਾ ਮੰਗਦਾ ਅਤੇ ਘਰਾਂ ਦੇ ਵਿੱਚ ਓੜ ਪੋੜ ਸ਼ੁਰੂ ਕਰਦੇ ਨੇ, ਪਾ ਸ਼ੁਰੂ ਕਰਦੇ ਨੇ ਵੀ ਸਾਨੂੰ ਲੋਹਾ ਵਾਫ ਨਹੀਂ ਬੇਟਾ, ਅਤੇ ਇਹ ਰਿਪੇਅਰ ਜਿਹੜੀ ਹੈ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਉਸ ਹੱਦ ਤੱਕ ਗੱਲ ਨਾ ਜਾਵੇ ਵੀ ਲੋਹਾ ਮਾਫਕ ਨਹੀਂ, ਕਿਹੜੀ ਕਿਹੜੀ ਚੀਜ਼ ਕਦੋਂ ਕਦੋਂ ਕਰਾਉਣੀ ਚਾਹੀਦੀ ਹੈ? ਭਾਜੀ ਦੇਖੋ, ਜਿਹੜਾ ਨਾ ਕੋਈ ਵੀ ਕਮਰਸ਼ੀਅਲ ਲਾਈਸੈਂਸ ਜਦੋਂ ਕੋਈ ਵੀ ਪਰਸਨ ਲੈਂਦਾ ਆ ਅਤੇ ਲੋਗ ਬੁੱਕ ਇੱਕ ਬਹੁਤ ਜ਼ਰੂਰੀ ਚੀਜ਼ ਆ ਜਿਹੜੀ ਕਿ ਟਰੱਕ ਚਲਾਉਣ ਲਈ ਕੰਮ ਆਉਂਦੀ ਆ। ਉਸ ਤੋਂ ਪਹਿਲਾਂ ਫੈਡਰਲ ਮੋਟਰ DOT ਤੁਹਾਨੂੰ ਇਹ ਡਿਪਾਰਟਮੈਂਟ ਟਰਾਂਸਪੋਰਟੇਸ਼ਨ ਤੁਹਾਨੂੰ ਇੱਕ ਰਿਕੁਆਇਰਮੈਂਟ ਦਿੰਦਾ ਵੀ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਕਰਨੀ ਆ। ਅੱਛਾ। ਜਿਹੜੀ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੀ। ਆਮ ਕਰਕੇ ਲੋਕ ਸਵੇਰ ਨੂੰ ਜਦੋਂ ਉੱਠਦੇ ਆ ਬਸ ਕਹਿੰਦੇ ਵੀ ਪ੍ਰੀ ਟ੍ਰਿਪ ਇੰਸਪੈਕਸ਼ਨ ਹੋ ਗਈ, ਜਿਹੜੀ ਕਿ ਉਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਵੀ ਟਾਇਰ ਦੇ ਚੈੱਕ ਕਰਨਾ ਜੀ, ਓਇਲ ਚੈੱਕ ਕਰਨਾ, ਕੂਲੈਂਟ ਦੀ ਚੈੱਕ ਕਰਨਾ, ਇਹ ਜਿਹੜੀਆਂ ਚੀਜ਼ਾਂ ਆ ਜੇ ਕੋਈ ਵੀ ਪਰਸਨ ਜਿਹੜਾ ਆ ਆਪਣਾ ਟਰੱਕ ਚਲਾਉਣ ਤੋਂ ਪਹਿਲਾਂ ਰੋਜ਼ ਸਵੇਰ ਨੂੰ ਥੋੜ੍ਹਾ ਥੋੜ੍ਹਾ ਹੀ ਚੈੱਕ ਕਰੇ ਤਾਂ ਮੈਨੂੰ ਲੱਗਦਾ ਕਾਫੀ ਹੱਦ ਤੱਕ ਰਿਪੇਅਰ ਜਿਹੜੀਆਂ ਜ਼ਰੂਰਤ ਨਾਲ ਔਨ ਰੋਡ ਜਿਹੜੀਆਂ ਜ਼ਰੂਰੀ ਵੀ ਨਹੀਂ ਹੈਗੀਆਂ ਤੇ ਉਹਨਾਂ ਤੋਂ ਬਚਿਆ ਜਾ ਸਕਦਾ, ਜਿਹੜੀਆਂ ਕਿ ਅਚਾਨਕ ਕਈ ਵਾਰੀ ਪੈ ਜਾਂਦੀਆਂ ਰਿਪੇਅਰ ਅਚਾਨਕ ਹੋ ਗਈ ਤੇ ਉਹ ਇਹ ਮਤਲਬ ਇਹ ਸਾਰੀਆਂ ਚੀਜ਼ਾਂ ਰੋਜ਼ ਚੈੱਕ ਕਰਨੀਆਂ ਚਾਹੀਦੀਆਂ ਜਾਂ ਹਫ਼ਤੇ ਚੈੱਕ ਕਰਦੀ ਵਾਰੀ? ਨਹੀਂ ਨਹੀਂ, ਉਹ ਰਿਕੁਆਇਰਮੈਂਟ ਆ ਜਦੋਂ ਵੀ ਤੁਸੀਂ ਟਰੱਕ ਤੋਰਨਾ ਆ ਉਸ ਤੋਂ ਪਹਿਲਾਂ ਉਹ ਤੁਹਾਨੂੰ ਚੈੱਕ ਕਰਨੀ ਪੈਣੀ ਆ, ਇਹ ਇੱਕ ਰਿਕੁਆਇਰਮੈਂਟ ਆ। ਪਰ ਇਹਨੂੰ ਆਪ ਬਹੁਤ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਬੜੀ ਮੰਦਭਾਗੀ ਗੱਲ ਆ ਵੀ ਕਹਿੰਦੇ ਹੁਣ ਵੀ ਆਮ ਬੰਦੇ ਸਿਰਫ ਉਹ 5 ਮਿੰਟ ਬਚਾਉਣ ਲਈ ਇਹ ਚੀਜ਼ ਨੂੰ ਨਹੀਂ ਕਰਦੇ, ਇੱਕ ਜਿਹੜਾ ਜ਼ਿਆਦਾ ਧਿਆਨ ਨਹੀਂ ਕਰਦੇ ਵੀ ਵੀ ਆ ਟਾਇਰ ਆ ਜੇ ਉਹਨਾਂ ਨੂੰ ਲੱਗਦਾ ਵੀ ਪੈਂਚਰ ਹੋ ਗਿਆ ਜਾਂ ਕੁਛ ਹੋ ਗਿਆ, ਕੋਸ਼ਿਸ਼ ਕਰਦੇ ਆ ਵੀ ਇਹਨੂੰ ਥੋੜ੍ਹਾ ਚਲਾ ਲਈਏ, ਉਹ ਐਕਚੁਲੀ ਉਹ ਚਲਾਉਣ ਦੇ ਚੱਕਰ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਹੀ ਔਨ ਜਿਹੜੀ ਰੋਡ ਸਰਵਿਸ ਆ ਬੇਸਿਕਲੀ ਜਦੋਂ ਤੁਸੀਂ ਰੋਡ ਦੇ ਉੱਤੇ ਹੁੰਦੇ ਜਿਹੜੀ ਉਹ ਸਰਵਿਸ ਪਿਆ ਤੁਹਾਨੂੰ ਪੈਂਦੀ ਆ ਉਹ ਤੁਹਾਨੂੰ ਕੋਸਟ ਬਹੁਤ ਕਰਦੀ ਆ। ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕਿ ਕਰ ਸਕਦੇ ਹਾਂ ਵੀ 90 ਡੇ ਇੰਸਪੈਕਸ਼ਨ ਹੋ ਗਈ, ਉਹ ਇੱਕ
कुछ भी नहीं कॉस्ट करती, कई बार थोड़ा 30-40 डॉलर कॉस्ट करती है, पर कई बार थोड़ा हज़ारों डॉलर के खर्चे तो बचा लेंदी है जी, 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 पर अपने बंदे थोड़े जे पैसे बचाने लिए अपने सारे भरा ने वह इस चीज़ को अवॉइड कर लेंगे जी। बहुत मेहरबानी, बहुत वधिया जानकारी तुसीं दित्ती विनीत भाजी, तुहाडा बहुत धन्यवाद जी। जी मनीत दियोल साहब नाल गल की, आप बाकी भी इतने ट्रैकिंग बिजनेस बारे गलबात की है। उम्मीद करते हैं जिन्हें भी साडे दोस्त मित्र भैन भरा ने अज प्रोग्राम देखिया या देख रहे हैं यूट्यूब पर भी तुसीं इस प्रोग्राम को देख सकते हो, जस पंजाबी तां इह चल ही रहा। तो कितने भी जिहड़े तुहाडे जाण पछाण वाले हैगे ने ट्रैकिंग बिजनेस दे विच हैगे ने, ट्रक चाहे वह ड्राइव करते हैं, तो उन्होंने जरूर यह प्रोग्राम देखना चाहिए। यह प्रोग्राम असीं तुहाडे वास्ते शुरू किया और ये सिर्फ तो सिर्फ ट्रकों बारे, ट्रकों नाल संबंधित जिंदगी की है, ट्रक ड्राइवर की जिंदगी है, ओनर की जिंदगी है, ओनर ऑपरेटर का की हाल है, तो होर की समस्यावां इस बिजनेस दे विच आउंदियां उहदे बारे दसण वास्ते तुहानू असीं यह प्रोग्राम शुरू किया। उम्मीद करते हैं वधिया लग्या होएगा। कोई फीडबैक देण वास्ते जां तुसीं भी कोई प्रोग्राम करवाउणा चाहुंदे हो, ट्रक बिजनेस बारे गलबात करनी चाहुंदे हो, तो ईमेल कर सकते हो jaggi@jasbroadcasting.com या फिर info@jasbroadcasting.com या फिर फेसबुक ट्विटर पर भी तुसीं कोई मैसेज छड्ड सकते हो। इस तों अलावा मेरा सैल नंबर जिहड़ा हैगा उहदे ते भी तुसीं कॉल करके अपना कोई भी सुनेहा देना चाहुंदे हो दे सकते हो, 209-450-3362। अखीर दे विच सब नूं प्यार भरी सत श्री अकाल, रब रखा।